ਮੋਰਲ ਐਥਿਕਸ ਦੇ ਨਾਲ ਰਹਿੰਦੇ ਹਾਂ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਚੰਗੇ ਤਰੀਕੇ ਨਾਲ ਬੋਲੋ, ਸਭ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਨਾ, ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਹਾਂ ਜੋ ਕਿ ਆਪਾਂ ਨੂੰ ਬਚਪਨ ਤੋਂ ਸਿਖਾਈਆਂ ਜਾਂਦੀਆਂ ਮੋਰਲ ਵੈਲਿਊਜ਼ ਹੈ ਨਾ। ਇਹ ਇੱਕ ਟਰੰਪ ਇੱਕ ਸਿੰਬਲ ਹੈ ਉਹਦੇ ਅਗੇਂਸਟ ਬਿਲਕੁਲ, ਕਿਉਂਕਿ ਪੜ੍ਹੇ ਲਿਖੇ ਲੋਕ ਜਿਨ੍ਹਾਂ ਦੇ ਜਿਹੜੇ ਆਪਾਂ ਕਹਿੰਦੇ ਨੇ ਕਿ ਐਥਿਕਸ ਵਾਲੇ ਵੈਲਿਊਜ਼ ਵਾਲੇ, ਉਹ ਵੀ ਉਹਨਾਂ ਦੀ ਵੀ ਸੋਚ ਇਸ ਤਰ੍ਹਾਂ ਦੀ ਬਣ ਗਈ ਸੀ ਕਿ ਹਾਂ ਨਹੀਂ ਵੀ ਸੀ ਆਪਣੇ ਬਾਰੇ ਸੋਚੋ। ਹੁਣ ਅਮਰੀਕਾ ਦੇ ਵਿੱਚ ਕੰਪਨੀਆਂ ਨੇ ਪੈਸਾ ਲਗਾਇਆ ਵਾ ਤੇ ਕੰਪਨੀਆਂ ਹੀ ਅਮਰੀਕਾ ਦਾ ਇੱਕ ਤਰੀਕੇ ਦਾ ਰਾਜੇ ਨੇ ਇਸ ਟਾਈਮ। ਸਤਿ ਸ਼੍ਰੀ ਅਕਾਲ ਜੀ ਭੈਣੋ ਤੇ ਭਰਾਵੋ, ਆਪਣਾ ਜੋੜ ਇਸ ਤਰੀਕੇ ਦਾ ਬਹੁਤ ਟਾਈਮ ਬਾਅਦ ਬਣਿਆ ਮੇਰੇ ਇੰਡੀਆ ਦੇ ਟ੍ਰਿਪ ਤੋਂ ਬਾਅਦ। ਆਈ ਥਿੰਕ ਆਪਾਂ ਪਹਿਲੀ ਵਾਰ ਹਾਂ ਕਿ ਆਪਾਂ ਆਪਣੇ ਪੁਰਾਣੇ ਜਿਹੜਾ ਟੈਂਪਲੇਟ ਹੈ ਆਪਾਂ ਤਿੰਨੋਂ ਜੋ ਗੱਲਬਾਤ ਕਰਦੇ ਹੁੰਦੇ ਹਾਂ ਉੱਤੇ ਮੁੜ ਕੇ ਆਏ ਹਾਂ। ਅਤੇ ਮੈਂ ਸੋਚ ਰਹੀ ਸੀ ਕਿ ਅੱਜ ਦਾ ਆਪਾਂ ਕੀ ਰੱਖੀਏ ਟੋਪਿਕ ਸਟਾਰਟ ਕਰਨ ਦਾ, ਅਤੇ ਸਭ ਤੋਂ ਵਧੀਆ ਮੈਨੂੰ ਟੋਪਿਕ ਜੋ ਲੱਗਿਆ ਆਪਣਾ ਆਪਣੀ ਗੱਲਬਾਤ ਸਟਾਰਟ ਕਰਨ ਦਾ, ਉਹ ਮੈਨੂੰ ਲੱਗਿਆ ਕਿ ਟਰੰਪ ਦੀ ਵਿਕਟਰੀ, ਕਿਉਂਕਿ ਇਹ ਬੜਾ ਚਰਚਾ ਵਾਲਾ ਵਿਸ਼ਾ ਹੈ ਅੱਜ ਕੱਲ੍ਹ। 5 ਨਵੰਬਰ 2024 ਦੇ ਵਿੱਚ ਜਿਹੜੇ ਆਪਣੇ ਟਰੰਪ ਭਾਈ ਸਾਹਿਬ ਨੇ ਉਹ ਅਮੈਰੀਕਾ ਦੀ ਉਹਨਾਂ ਨੇ ਇਲੈਕਸ਼ਨ ਫਿਰ ਜਿੱਤੀਆਂ ਦੂਸਰੀ ਵਾਰ, ਮਤਲਬ ਪਹਿਲਾਂ 2016 'ਚ ਆਇਆ ਸੀਗਾ, ਫਿਰ ਹਾਰ ਗਿਆ ਸੀਗਾ 2020 ਵਾਲੀ ਇਲੈਕਸ਼ਨ ਹਾਰ ਗਿਆ ਸੀਗਾ, ਅਤੇ ਹੁਣ 2024 'ਚ ਮੁੜ ਕੇ ਆਇਆ ਹੈ ਨਾ। ਅਤੇ ਇਹਦਾ ਆਪਾਂ ਕਹਿੰਦੇ ਬਹੁਤ ਘੱਟ ਹੋਇਆ ਇੱਦਾਂ ਵੀ ਕੋਈ ਪ੍ਰੈਜ਼ੀਡੈਂਟ ਇੱਦਾਂ ਵਿੱਚ ਦੀ ਗੈਪ ਪਾ ਕੇ, ਇੱਕ ਮੈਨੂੰ ਲੱਗਦਾ ਪਹਿਲਾਂ ਆਇਆ ਪ੍ਰੈਜ਼ੀਡੈਂਟ ਇਹਨਾਂ ਦਾ ਇਸ ਤਰੀਕੇ ਨਾਲ, ਇਹ ਦੂਸਰਾ ਹੈ ਜਿਹੜਾ ਕਿ ਹਾਰਨ ਤੋਂ ਬਾਅਦ ਦੁਬਾਰਾ ਤੋਂ ਜਿੱਤ ਕੇ ਆਇਆ ਹੈ ਨਾ। ਅਤੇ ਇਹਦੇ ਥੋੜ੍ਹਾ ਇੰਪੈਕਟ ਨਾ ਆਪਣੇ ਜਿਹੜੀ ਆਪਣੀ ਥਿਓਰੀਜ਼ ਨੇ, ਜੋ ਜਿਹੜੀ ਆਪਣੀ ਸੋਚ ਹੈ, ਆਪਣੇ ਚੈਨਲ ਦੀ ਸੋਚ ਹੈ ਨਾ, ਉਹਦੇ ਨਾਲ ਇਹ ਜਿਹੜਾ ਚੇਂਜ ਹੈ, ਕਿਉਂਕਿ ਅਮੈਰੀਕਾ ਜਿਹੜਾ ਹੈਗਾ ਇਹ ਦੁਨੀਆ ਦੀ ਜਿਹੜੀ ਵੀ ਲਹਿਰ ਹੁੰਦੀ ਹੈ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਡਿਫਾਈਨ ਕਰਦਾ ਹੈ। ਜਿੱਧਰ ਨੂੰ ਅਮੈਰੀਕਾ ਰੁੜਦਾ ਹੈ ਗਲੋਬਲਾਈਜੇਸ਼ਨ ਦੁਨੀਆ, ਉੱਧਰ ਨੂੰ ਮੁੜਦੀ ਹੈ ਨਾ, ਕੁਛ ਨਾ ਕੁਛ ਸਿਧਾਂਤ ਚੇਂਜ ਹੁੰਦੇ ਨੇ ਦੁਨੀਆ ਦੇ ਸਿਵਿਲਾਈਜੇਸ਼ਨ ਦੇ। ਅਤੇ ਉਹ ਇੰਪੈਕਟ ਦੇ ਕਾਰਨ ਜਿਹੜਾ USA ਦਾ ਪ੍ਰੈਜ਼ੀਡੈਂਟ ਬਣਦਾ ਉਹ ਕਾਫੀ ਇੱਕ ਮਹੱਤਵਪੂਰਨ ਮਾਈਲਸਟੋਨ ਰਹਿੰਦਾ ਹਿਸਟਰੀ ਦੇ ਵਿੱਚ, ਤੁਸੀਂ ਕਹਿ ਲਓ ਜਾਂ ਆਪਣੀ ਸਿਵਿਲਾਈਜੇਸ਼ਨ ਨੂੰ ਡਿਫਾਈਨ ਕਰਨ ਦੇ ਵਿੱਚ। ਅਤੇ ਇਹਦੇ ਕੀ ਇੰਪੈਕਟ ਨੇ ਟਰੰਪ ਦੀ ਵਿਕਟਰੀ ਦੇ, ਉਹ ਆਪਾਂ ਥੋੜ੍ਹਾ ਅੱਜ ਚਰਚਾ ਉਹਦੇ 'ਤੇ ਕਰਾਂਗੇ ਹੈ ਨਾ। ਅਤੇ ਮੈਂ ਜੋ ਸਭ ਤੋਂ ਪਹਿਲਾਂ ਮੇਰਾ ਜੋ ਮੰਨਣਾ ਹੁੰਦਾ ਹੈ ਵੀ ਮੈਨੂੰ ਜਦੋਂ ਪਤਾ ਲੱਗਿਆ ਕਿ ਟਰੰਪ ਜਿੱਤਿਆ ਹੈ ਤਾਂ ਇੱਕ ਧੱਕਾ ਜਿਹਾ ਵੱਜਿਆ, ਮਤਲਬ ਹੈ ਨਾ, ਕਿਉਂਕਿ ਇੱਕ ਨਾ ਇੱਕ ਜਿਵੇਂ ਗੁੱਡੀ ਗੁੱਡੀ ਜਿਹੀ ਸਿਵਿਲਾਈਜੇਸ਼ਨ ਹੁੰਦੀ ਹੈ ਨਾ, ਜਿਹ 'ਚ ਆਪਾਂ ਬੜੇ ਮੋਰਲ ਐਥਿਕਸ ਦੇ ਨਾਲ ਰਹਿੰਦੇ ਹਾਂ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਚੰਗੇ ਤਰੀਕੇ ਨਾਲ ਬੋਲੋ, ਸਭ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਨਾ, ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਹਾਂ ਜੋ ਕਿ ਆਪਾਂ ਨੂੰ ਬਚਪਨ ਤੋਂ ਸਿਖਾਈਆਂ ਜਾਂਦੀਆਂ ਮੋਰਲ ਵੈਲਿਊਜ਼ ਹੈ ਨਾ। ਇੱਕ ਟਰੰਪ ਇੱਕ ਸਿੰਬਲ ਹੈ ਉਹਦੇ ਅਗੇਂਸਟ ਬਿਲਕੁਲ, ਜਿਹੜਾ ਕਹਿੰਦਾ ਕਿ ਮੇਰੇ ਅਕੋਰਡਿੰਗ ਇਵੇਂ ਹੋ ਨਹੀਂ, ਇਹ ਮੈਂ ਜ਼ਰੂਰੀ ਨਹੀਂ ਕਹਿੰਦੀ ਕਿ ਸਾਰੇ ਇੱਦਾਂ ਹੀ ਸੋਚਦੇ ਹੋਣਗੇ, ਪਰ ਮੈਨੂੰ ਮੇਰੇ 'ਤੇ ਜੋ ਛਵੀ ਬਣੀ ਹੋਈ ਹੈ ਟਰੰਪ ਦੀ, ਉਹ ਇੱਦਾਂ ਬਣੀ ਹੋਈ ਹੈ ਕਿ ਉਹ ਕਹਿੰਦਾ ਕਿ ਮੋਰੈਲਿਟੀ ਗਈ ਢੱਠੇ ਖੂਹ ਦੇ ਵਿੱਚ, ਤੁਸੀਂ ਆਪਣੇ ਲਈ ਜੀਓ, ਜੋ ਤੁਹਾਨੂੰ ਠੀਕ ਲੱਗਦਾ ਡੰਕੇ ਦੀ ਚੋਟ 'ਤੇ ਕਰੋ, ਮਤਲਬ ਇੱਦਾਂ ਦੀ ਮੈਨੂੰ ਉਹਦੀ ਪਰਸਨੈਲਿਟੀ ਲੱਗਦੀ ਹੈ। ਤਾਂ ਉਹ ਮੈਨੂੰ ਲੱਗਿਆ ਕਿ ਇੱਦਾਂ ਦਾ ਬੰਦਾ ਜਦੋਂ ਇੱਕ ਦੁਨੀਆ ਦੀ ਸਭ ਤੋਂ ਵੱਡੀ ਜੋ ਡੈਮੋਕ੍ਰੇਸੀ ਡਿਫਾਈਨ ਕੀਤੀ ਹੋਈ ਹੈ ਉਹਦੇ 'ਚ ਲੋਕਾਂ ਨੇ ਇਲੈਕਟ ਕੀਤਾ, ਇਹਦਾ ਮਤਲਬ ਹੈ ਕਿ ਜਿਹੜਾ ਆਪਣਾ ਸਮਾਜ ਹੈ ਉਹ ਉਹਦੀ ਸੋਚ ਬੜੀ ਚੇਂਜ ਹੋ ਗਈ ਹੈ, ਕਿਉਂਕਿ ਉਹ ਇਸ ਵਾਰ ਤਾਂ ਮੈਂ ਸੁਣਿਆ ਐਕਚੁਲੀ ਮੈਜੋਰਿਟੀ ਵੋਟਸ ਦੇ ਨਾਲ ਜਿੱਤ ਕੇ ਆਇਆ ਹੈ ਨਾ। ਤਾਂ ਉਹ ਥੋੜ੍ਹਾ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਵੀ ਕਿ ਆਪਣਾ ਜਿਹੜਾ ਸਮਾਜ ਹੈ ਉਹ ਇਸ ਤਰੀਕੇ ਨਾਲ ਸੋਚਣ ਲੱਗ ਗਿਆ ਜਿੱਥੇ ਕਿ ਮੋਰਲ ਵੈਲਿਊਜ਼ ਥੱਲੇ ਨੂੰ ਜਾ ਰਹੀਆਂ ਨੇ,
ਤੇ ਆਪਣੇ ਆਪ ਤੇ ਇੰਡੀਵਿਜੁਅਲਿਜ਼ਮ ਤੇ ਕਿ ਜੋ ਮੈਂ ਚਾਹੁੰਦਾ ਉਹ ਹੋਣਾ ਚਾਹੀਦਾ, ਇਹ ਚੀਜ਼ ਨੂੰ ਅੱਗੇ ਲੈ ਕੇ ਉਹ ਸਮਾਜ ਤੁਰਨ ਲੱਗ ਗਿਆ। ਤੇ ਇਹਦੇ 'ਚ ਇਹਦੇ 'ਤੇ ਮੈਂ ਡਿਸਕਸ਼ਨ ਪਹਿਲਾਂ ਸਟਾਰਟ ਕਰਾਂਗੀ। ਸ਼ਮੀ ਦੀਦੀ, ਤੁਸੀਂ ਦੱਸੋ ਤੁਹਾਨੂੰ ਕਿਵੇਂ ਫੀਲ ਹੋਇਆ ਸੀ ਜਦੋਂ ਟਰੰਪ ਜਿੱਤਿਆ? ਐਕਚੁਅਲੀ ਮੈਂ ਨਾ 2 ਹਫ਼ਤੇ ਪਹਿਲਾਂ ਕੈਲੀਫੋਰਨੀਆ ਗਈ ਸੀਗੀ ਤੇ ਉਸ ਟਾਈਮ ਨਾ ਬੜਾ ਹੀ ਰੌਲਾ ਜਿਹਾ ਪੈ ਰਿਹਾ ਸੀ ਵੀ ਇਲੈਕਸ਼ਨਾਂ, ਤੀਜੇ ਦਿਨ ਇਲੈਕਸ਼ਨ ਸੀਗੀ ਉਦੋਂ ਜਿਵੇਂ ਸੀਗੀਆਂ ਵੀ ਹੁਣ ਇਲੈਕਸ਼ਨਾਂ ਨੇ ਹਨਾ ਸਾਰੇ ਪਾਸੇ। ਮੈਂ ਤੁਹਾਨੂੰ ਦਿਖਾਇਆ ਵੀ ਸੀਗੇ ਕਿ ਮੈਂ ਲਾਸ ਵੇਗਾਸ ਦੇ ਵਿੱਚ ਸੀਗੀ ਤੇ ਉੱਥੇ ਕੀ ਚੱਲ ਰਿਹਾ ਸੀਗਾ ਵੱਡੀ ਸਕਰੀਨ ਤੇ ਜੀ। ਉੱਥੇ ਤੁਸੀਂ ਲੋਕ ਜੂਆ ਖੇਲ ਰਹੇ ਸੀ ਇੱਕ ਤਰ੍ਹਾਂ ਦਾ ਵੀ ਹਾਂ ਇੰਨੇ ਪੈਸੇ ਮੈਂ ਲਾਉਣਾ ਟਰੰਪ ਤੇ, ਇੰਨੇ ਪੈਸੇ ਮੈਂ ਲਾਉਣਾ, ਸ਼ਰਤਾਂ ਲੱਗ ਰਹੀਆਂ ਸੀਗੀਆਂ ਕਮਲਾ ਹੈਰਿਸਨ ਤੇ ਵੀ, ਮਤਲਬ ਕਿ ਉਦੋਂ ਬੜਾ ਹੀ ਉੱਥੇ ਜੋਸ਼ ਦਾ ਮਾਹੌਲ ਸੀਗਾ। ਤੇ ਮੈਂ ਨਾ ਇੱਕ ਚੀਜ਼ ਹੈਰਾਨ ਹੋ ਗਈ ਕਿ ਜਿਵੇਂ ਅੱਛੇ ਅੱਛੇ ਲੋਕ ਜਿਨ੍ਹਾਂ ਦੀ ਸੋਚ, ਮਤਲਬ ਕਿ ਮੈਂ ਕਹਿੰਦੀ ਹਾਂ ਕਿ ਪੜ੍ਹੇ ਲਿਖੇ ਲੋਕ ਸੀਗੇ, ਮੈਂ ਕਈ ਵਾਰ ਕਈਆਂ ਨੂੰ ਪੁੱਛਿਆ ਵੀ ਤੁਹਾਡਾ ਕੀ ਖਿਆਲ ਹੈ ਹਨਾ ਵੀ ਤੁਸੀਂ ਕੀ ਵੇ, ਕਹਿੰਦੇ ਕਿ ਟਰੰਪ ਨੂੰ, ਸਿੱਧਾ ਹੀ ਕਹਿੰਦੇ ਟਰੰਪ ਨੂੰ ਵੋਟ ਪਾ ਰਿਹਾ। ਮੈਂ ਕਹਿਣਾ ਵੀ ਐ ਕਹਿੰਦੇ ਕਿ ਸਾਨੂੰ ਹੁਣ ਆਪਣੇ ਬਾਰੇ ਸੋਚਣਾ ਪੈਣਾ, ਜਿਹੜੇ ਉੱਥੇ ਇੱਕ ਸਿਟੀਜ਼ਨ ਨੇ ਉਹ ਵਿਚਾਰੇ ਬਹੁਤ ਡਰੇ ਹੋਏ ਸੀ ਇੱਕ ਤਰ੍ਹਾਂ ਦੇ, ਕਹਿੰਦੇ ਸਾਨੂੰ ਸੋਚਣਾ ਪੈਣਾ। ਸਾਰੇ ਇਮੀਗ੍ਰੈਂਟਸ ਆ ਕੇ ਥੱਲੋਂ ਮਤਲਬ ਬਾਰਡਰ ਤੋਂ ਵੜ ਰਹੇ ਨੇ, ਕੋਈ ਨੇ ਕਹਿੰਦੇ ਕਿ ਸਾਰੀਆਂ ਸਾਨੂੰ ਜੋਬਸ ਨਹੀਂ ਮਿਲ ਰਹੀਆਂ, ਸਾਡੇ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੀਆਂ ਤੇ ਸਾਡੇ ਕ੍ਰਾਈਮ ਬਹੁਤ ਵੱਧ ਰਿਹਾ ਇਸ ਤਰੀਕੇ ਨਾਲ ਕਿ ਸਾਡੇ ਜਿਹੜੇ ਇੱਥੇ ਦੇ ਲੋਕ ਰਹਿ ਰਹੇ ਨੇ ਜੇ ਉਹਨਾਂ ਨੂੰ ਹੀ ਸਹੂਲਤਾਂ ਨਹੀਂ ਮਿਲ ਰਹੀਆਂ ਤੇ ਫਿਰ ਸਾਡਾ ਇੱਥੇ ਕੀ ਅਮਰੀਕਾ ਦਾ ਕੀ ਮਤਲਬ ਆ ਸਾਡਾ, ਮਤਲਬ ਜਿਹੜੀ ਐਗਜ਼ਿਸਟਿੰਗ ਉੱਥੇ ਦੀ ਗਵਰਨਮੈਂਟ ਹੈ ਉਹਦੇ ਅਗੇਂਸਟ ਰੋਸ਼ ਸੀਗਾ ਲੋਕਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਹਾਂ ਤੇ ਉਹ ਮਤਲਬ ਇਸ ਤਰ੍ਹਾਂ ਦੀ ਹੁਣ ਚੰਗੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਦੀ ਜਿਹੜੇ ਆਪਾਂ ਕਹਿੰਦੇ ਨੇ ਕਿ ਐਥਿਕਸ ਵਾਲੇ ਵੈਲਿਊਜ਼ ਵਾਲੇ, ਉਹ ਵੀ ਉਹਨਾਂ ਦੀ ਵੀ ਸੋਚ ਇਸ ਤਰ੍ਹਾਂ ਦੀ ਬਣ ਗਈ ਸੀ ਕਿ ਹਾਂ ਨਹੀਂ ਵੀ ਸੀ ਆਪਣੇ ਬਾਰੇ ਸੋਚੋ ਹੁਣ ਤੇ ਖੂਹ ਚ ਜਾਵੇ ਢੱਠੇ ਖੂਹ ਜਾਵੇ ਕੋਈ ਹੋਰ ਦੁਨੀਆਂ ਤੋਂ ਦੁਨੀਆਂ ਦੇ ਲੋਕ, ਜਾਂ ਪਹਿਲਾਂ ਆਪਣੇ ਬਾਰੇ ਸੋਚੋ। ਹੁਣ ਮਤਲਬ ਸੋਚ ਇੱਦਾਂ ਚੇਂਜ ਹੋਈ ਹੈ ਇਸ ਕਰਕੇ ਇਹ ਦੁਬਾਰਾ ਬਣਿਆ ਹੈਗਾ ਵੀ ਇਹ ਘੱਟੋ ਘੱਟ ਉਹਨਾਂ ਨੂੰ ਦਿਖ ਰਿਹਾ ਸੀ ਕਿ ਇਹ ਥੋੜਾ ਮੀਨ ਜਾ ਤੇ ਆਪਣੇ ਘੱਟੋ ਘੱਟ ਆਪਣੇ ਸਿਟੀਜ਼ਨਸ ਬਾਰੇ ਤਾਂ ਇਹ ਪਹਿਲਾਂ ਹੀ ਸੋਚੂਗਾ। ਇਹਨੇ ਕਿਹਾ ਵੀ ਆਪਣੇ ਏਜੰਡੇ ਵਿੱਚ ਇਹੀ ਸੀ ਕਿ ਮੈਂ ਸਾਰੇ ਬਾਰਡਰ ਸੀਲ ਕਰ ਦੂੰਗਾ ਤੇ ਮੈਂ ਬਹੁਤ ਸਾਰੀਆਂ ਸਹੂਲਤਾਂ ਦੂੰਗਾ ਆਪਣੇ ਸਿਟੀਜ਼ਨਸ ਨੂੰ, ਬਸ ਉਸ ਬਲਬੂਤੇ ਤੇ ਇਹ ਜਿੱਤ ਗਿਆ। ਤੇ ਫਿਰ ਆਪਾਂ ਹੁਣ ਜਾਂਦੇ ਹਾਂ ਮੋਹਨਜੀਤ ਤੇਰੇ ਕੋਲੇ, ਵੀ ਤੈਨੂੰ ਦੱਸ ਜੇ ਤੂੰ ਸੁਣਿਆ ਤਾਂ ਕੋਈ ਅਸਰ ਹੋਇਆ ਕਿ ਨਹੀਂ ਹੋਇਆ, ਕਿ ਸੋਚ ਬਣੀ ਉਸ ਟਾਈਮ ਤੇ? ਨਹੀਂ ਇਹ ਨਾ ਮੈਂ ਬਹੁਤਾ ਸੀਰੀਅਸਲੀ ਨਹੀਂ ਲੈਂਦਾ ਹੁੰਦਾ, ਕਿਉਂਕਿ ਜਿਹੜੀ ਜੇ ਤੁਸੀਂ ਪੈਟਰਨ ਦੇਖੋ ਨਾ ਤੇ ਜਿੱਥੇ ਜਿੰਨੀ ਘੱਟ ਪਾਰਟੀਜ਼ ਨੇ ਉਹਦਾ ਮਤਲਬ ਹੈਗਾ ਕਿ ਪਹਿਲਾਂ ਤਾਂ ਉੱਥੇ ਡੈਮੋਕ੍ਰੇਸੀ ਹੈਗੀ ਹੀ ਨਹੀਂ ਹੈਗੀ। ਮਤਲਬ ਇੱਕ ਨਿਸ਼ਾਨੀ ਹੁੰਦੀ ਆ ਡੈਮੋਕ੍ਰੇਸੀ ਦੀ, ਨਿਸ਼ਾਨੀ ਕੀ ਹੁੰਦੀ ਆ ਕਿ ਜਿੰਨੀ ਜ਼ਿਆਦਾ ਲੋਕਾਂ ਦੀਆਂ ਛੋਟੀ 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 ਪਾਰਟੀਜ਼ ਹੋਣਗੀਆਂ। ਤੁਸੀਂ ਯੂਰਪ ਦੇਖੋ, ਯੂਰਪ 'ਚ ਬਹੁਤ ਅੱਛੀ ਡੈਮੋਕ੍ਰੇਸੀ ਮੰਨੀ ਜਾਂਦੀ ਹੈ ਬਿਕੋਜ਼ ਛੋਟੇ ਛੋਟੇ ਦੇਸ਼ ਨੇ ਪਹਿਲਾਂ, ਤੇ ਛੋਟੇ ਛੋਟੇ ਦੇਸ਼ਾਂ 'ਚ ਵੀ ਛੋਟੇ ਛੋਟੇ ਮੁਹੱਲੇ ਲੈਵਲ 'ਤੇ ਲੋਕ ਦੀ ਲੋਕਾਂ ਕੋਲ ਪਾਵਰ ਆ ਬਹੁਤ ਜ਼ਿਆਦਾ, ਫੈਡਰਲ ਆ ਬਹੁਤ ਜ਼ਿਆਦਾ ਫੈਡਰਲ ਆ ਹੈ। ਤੇ ਜਿਹੜਾ ਅਮੈਰੀਕਾ ਹੈਗਾ ਆਪਣੇ ਆਪ 'ਚ ਇੱਕ ਨਿਸ਼ਾਨੀ ਆ ਕਿ ਇਹਨਾਂ ਨੇ ਆਪਣਾ 2-ਪਾਰਟੀ ਸਿਸਟਮ ਬਣਾ ਲਿਆ, ਤੇ ਜਦੋਂ 2-ਪਾਰਟੀ ਸਿਸਟਮ ਆ ਗਿਆ ਤਾਂ ਇਹਦਾ ਮਤਲਬ ਕੀ ਆ ਕਿ 3rd-party ਦੀ ਜਗ੍ਹਾ ਹੀ ਨਹੀਂ ਹੈਗੀ ਉੱਥੇ। ਤੇ ਉੱਥੇ ਇਹ ਬੜਾ ਨੀਟ ਐਂਡ ਕਲੀਨ ਆ ਕਿ ਉਹ ਦੋਨੇ 2 ਪਾਰਟੀਜ਼ ਨੇ, ਮਤਲਬ 2 ਨੌਕਰ ਨੇ ਜਿਹੜਾ ਇੱਕ ਮਾਲਿਕ ਦੀ ਖਿਦਮਤ ਕਰਨ ਦੇ ਵਿੱਚ ਇੱਕ ਦੂਜੇ ਨੂੰ ਲੜਾਈ ਝਗੜਾ ਕਰਦੇ ਨੇ ਬਸ।
ਨਹੀਂ ਮਾਲਿਕ ਉਹਨਾਂ ਦਾ ਇੱਕ, ਦੂਜੀਆਂ ਵੀ ਹੈਗੀਆਂ ਨੇ ਪਰ ਉਹ ਪ੍ਰੋਮੀਨੈਂਟ ਨਹੀਂ ਹੈਗੀਆਂ, ਮਤਲਬ ਮੇਨ ਰਿਪਬਲਿਕਨ ਤੇ ਡੈਮੋਕ੍ਰੈਟੀ ਨੇ ਦੋ ਜਿਹੜੇ ਚੱਲਦੇ ਨੇ ਇਹਨਾਂ ਦੇ, ਲੈਫਟ ਤੇ ਰਾਈਟ ਵੀ ਚੱਲਦੇ ਨੇ। ਹਾਂ ਮਤਲਬ ਲੈਫਟ ਰਾਈਟ ਉਹੀ ਕਹਿ ਰਹੇ ਨਾ ਕਿ ਉਹ ਉਹਨਾਂ ਨੇ ਖਤਮ ਕਰ ਚੁੱਕੇ ਨੇ ਜੋ ਇੰਡੀਆ ਦੇ ਵਿੱਚ ਇਸ ਟਾਈਮ ਹੋ ਰਿਹਾ। ਇੰਡੀਆ ਦੇ ਵਿੱਚ ਵੀ ਇਹ ਟ੍ਰਾਇਲ ਕੀਤਾ, ਮਤਲਬ ਇੱਧਰ ਨੂੰ ਲੈ ਕੇ ਜਾ ਰਹੇ ਨੇ, ਕਿਉਂਕਿ ਹਮੇਸ਼ਾ ਕੈਪੀਟਲਿਜ਼ਮ ਹੁੰਦਾ ਜਦੋਂ ਵੀ ਕੋਈ ਬਿਜ਼ਨਸਮੈਨ ਪੈਸਾ ਲਗਾਉਂਦਾ ਤਾਂ ਉਹਦਾ ਪ੍ਰੋਜੈਕਟ ਘੱਟੋ ਘੱਟ 25-30, ਜੋ ਅਮੈਰੀਕਨ ਕੰਪਨੀ ਨੇ ਤਾਂ ਮੈਨੂੰ ਲੱਗਦਾ ਕਿ 10 ਸਾਲ ਤਾਂ ਘੱਟ 'ਚ ਹੀ ਚੱਲਦੀਆਂ ਨੇ ਪਹਿਲਾਂ ਅਮੈਰੀਕਨ ਕੰਪਨੀਜ਼ ਤਾਂ, ਕਿ ਕਦੀ ਵੀ ਜਿਵੇਂ ਕੋਕੋ ਕੋਲਾ ਇੰਡੀਆ 'ਚ ਆਈ ਸੀਗੀ ਜਾਂ ਕੰਪਨੀ ਕੋਈ ਵੀ ਕਿਤੇ ਵੀ ਜਾਂਦੀ ਹੈ ਵਰਲਡ ਵਾਈਡ, ਇਹ ਪਹਿਲਾਂ 10-15 ਸਾਲ ਤੱਕ ਦੀ ਪ੍ਰੋਫਿਟ ਸੋਚਦੀ ਵੀ ਨਹੀਂ ਕਿ ਅਸੀਂ ਜਨਰੇਟ ਕਰਨਾ, ਪਹਿਲਾਂ ਤਾਂ ਉੱਥੇ ਦੀ ਲੋਕਲ ਕੰਪਨੀ ਪਲੈਨਿੰਗ, ਹਾਂ ਪਲੈਨਿੰਗ ਇੱਦਾਂ ਦੀ ਹੁੰਦੀ ਆ। ਤਾਂ ਇਹਨਾਂ ਨੂੰ ਨਾ ਬਹੁਤ ਸੇਫ ਇਨਵਾਇਰਮੈਂਟ ਚਾਹੀਦਾ ਹੁੰਦਾ ਕਿ ਜਿੱਥੇ ਘੱਟੋ ਘੱਟ ਅੱਜ ਕੋਈ ਪ੍ਰੋਜੈਕਟ ਲਗਾਇਆ ਜਾਵੇ ਤਾਂ ਇਹਨਾਂ ਨੂੰ ਪਤਾ ਹੁੰਦਾ ਕਿ ਅਗਲੇ 25-30 ਸਾਲ ਸਾਡੇ ਪ੍ਰੋਜੈਕਟ ਨੂੰ ਛੇੜਖਾਨੀ ਨਹੀਂ ਕੀਤੀ ਜਾਊਗੀ। ਤਾਂ ਹਮੇਸ਼ਾ ਜਿਹੜੀ ਵੀ ਕੈਪੀਟਲਿਸਟ ਮਤਲਬ ਵੱਡੇ ਕਾਰਪੋਰੇਟ ਹਾਊਸਿਸ ਹੁੰਦੇ ਨੇ ਹਮੇਸ਼ਾ ਇਹੋ ਜਿਹੀ ਪੋਲੀਟੀਕਲ ਸਟੇਬਲ ਜਗ੍ਹਾ ਲੱਭਦੇ ਹੁੰਦੇ ਨੇ ਹਮੇਸ਼ਾ, ਜਿੱਥੇ ਕਿ ਇਹਨਾਂ ਦਾ ਜਦੋਂ ਅੱਜ ਪ੍ਰੋਜੈਕਟ ਫਾਈਨਲ ਹੋਇਆ ਤਾਂ ਅਗਲੇ 25-30 ਸਾਲ ਇਹਨਾਂ ਦੇ ਜੋ ਵੀ ਪਲੈਨਸ ਨੇ ਕੋਈ ਛੇੜਖਾਨੀ ਨਹੀਂ ਕੀਤੀ ਜਾਊਗੀ ਉਸ ਪਲੈਨਸ ਨਾਲ। ਤਾਂਹੀਓ ਇਹਦਾ ਇੱਕ ਸਿੱਧਾ ਐਗਜ਼ਾਮਪਲ ਦੱਸਾਂ ਕਿ ਗੁਜਰਾਤ ਦੇ ਵਿੱਚ ਬਹੁਤ ਬਿਜ਼ਨਸ ਲੱਗਿਆ ਸੀ ਕਿਉਂਕਿ ਗੁਜਰਾਤ 'ਚ ਮੋਦੀ ਕਾਫੀ ਲੰਬੇ ਟਾਈਮ ਤੋਂ ਲਗਾਤਾਰ ਉੱਥੇ ਚੱਲਦਾ ਰਿਹਾ ਸੀਗਾ, ਸਟੇਬਲ ਰਿਹਾ ਸੀਗਾ। ਤਾਂ ਸਾਰੇ ਇੰਡੀਆ ਦਾ ਜਿੰਨਾ ਵੀ ਬਿਜ਼ਨਸ ਸੀ ਉਹ ਗੁਜਰਾਤ ਸ਼ਿਫਟ ਹੋ ਗਿਆ ਸੀਗਾ। ਅਤੇ ਹੁਣ ਅਮੈਰੀਕਾ ਦੇ ਵਿੱਚ ਕੰਪਨੀਜ਼ ਨੇ ਪੈਸਾ ਲਗਾਇਆ ਵਾ ਅਤੇ ਕੰਪਨੀਜ਼ ਹੀ ਅਮੈਰੀਕਾ ਦਾ ਇੱਕ ਤਰੀਕੇ ਦਾ ਰਾਜੇ ਨੇ ਇਸ ਟਾਈਮ। ਤਾਂ ਜਿਹੜਾ ਮਤਲਬ ਜਿਹੜਾ ਇੰਡੀਆ ਚ ਵੀ ਇਹੀ ਹੋ ਰਿਹਾ, ਅਮਰੀਕਾ ਦੇ ਵਿੱਚ ਵੀ ਇਹ ਹੋ ਚੁੱਕਿਆ ਕਿ ਜਿਹੜੇ ਬਿਜ਼ਨਸ ਹਾਊਸਿਸ ਨੇ ਵੱਡੇ ਉਹ ਫੰਡ ਕਰਦੇ ਨੇ ਇਲੈਕਸ਼ਨਸ। ਹਾਂ ਮਤਲਬ ਹੁਣ ਉਹ ਪਾਰਟੀ ਕਿ ਨਹੀਂ ਦੇਖ, ਜੋ ਮੈਂ ਜਿਹਨੂੰ ਬਹੁਤ ਉੱਤੇ ਲੈਵਲ ਤੇ ਦੇਖਾਂ ਨਾ, ਮਤਲਬ ਕਿ ਦੂਰੋਂ ਇੱਕ ਪਿਕਚਰ ਦੇਖਾਂ ਹਾਈ ਲੈਵਲ ਤੋਂ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਛ ਸੈਂਚਰੀਜ਼ ਪਹਿਲਾਂ ਜਾਂ 100 ਸਾਲ ਪਹਿਲਾਂ ਜਿਹੜਾ ਬੋਲਬਾਲਾ ਸੀਗਾ ਉਹ ਸੀਗਾ ਫੋਰ ਐਗਜ਼ਾਮਪਲ ਰਿਲੀਜਨ ਦਾ, ਹੈ ਨਾ, ਵੀ ਜਿਵੇਂ ਰਿਲੀਜਨ ਡਰਾਈਵ ਕਰਦਾ ਹੁੰਦਾ ਸੀ ਸਾਰੇ ਨੈਰੇਟਿਵਸ, ਮਤਲਬ ਪੂਰੇ ਸਮਾਜ ਨੂੰ ਲੈ ਕੇ ਤੁਰਦਾ ਹੁੰਦਾ ਸੀਗਾ। ਹੁਣ ਜਿਹੜਾ ਚੇਂਜ ਹੋ ਰਿਹਾ ਇਹ ਰਿਲੀਜਨ ਤੋਂ ਚੇਂਜ ਹੋ ਕੇ ਕੈਪੀਟਲਿਜ਼ਮ ਆ ਰਿਹਾ, ਪੈਸਾ ਆ ਰਿਹਾ, ਇੱਕ ਇਕਨੋਮਿਕਸ, ਹੈ ਨਾ, ਵੀ ਹੁਣ ਉਹ ਪਿੱਛੇ ਮੇਨ ਰੀਜ਼ਨ ਹੁੰਦਾ ਵੀ ਕੋਈ ਵੀ ਡਿਸੀਜਨ ਜੇ ਲਿਆ ਜਾਂਦਾ, ਕੋਈ ਵੀ ਫੈਸਲਾ ਜੇ ਲਿਆ ਜਾਂਦਾ ਉਹਦੇ ਪਿੱਛੇ ਜੋ ਮੇਨ ਧਾਰਨਾ ਇਹ ਹੁੰਦੀ ਹੈ ਵੀ ਪ੍ਰੋਫਿਟ ਅਤੇ ਲੋਸ, ਕਿਹਨੂੰ ਫਾਇਦਾ ਕਿੰਨਾ ਫਾਇਦਾ, ਸਟੇਬਿਲਿਟੀ ਸਾਨੂੰ ਤਾਂ ਚਾਹੀਦੀ ਹੈ ਤਾਂ ਕਿ ਸਾਡੇ ਬਿਜ਼ਨਸਿਸ ਰਨ ਕਰਦੇ ਰਹਿਣ। ਉਹਦੇ ਵਿੱਚ ਰਿਲੀਜਨ ਨੇ ਹੁਣ ਬੈਕ ਸੀਟ ਲੈ ਲਈ ਹੈ ਥੋੜ੍ਹੀ, ਰਿਲੀਜਨ ਥੋੜ੍ਹਾ ਰਹਿ ਗਿਆ ਇੱਧਰ ਏਸ਼ੀਆ ਵੱਲ, ਹਜੇ ਫਿਰ ਵੀ ਥੋੜ੍ਹਾ ਰਿਲੀਜਨ ਡੋਮੀਨੇਟ ਕਰ ਜਾਂਦਾ ਕੁਛ ਪੋਕਿਟਸ ਨੂੰ, ਬਟ ਗਲੋਬਲ ਲੈਵਲ 'ਤੇ ਜੇ ਦੇਖਿਆ ਜਾਵੇ ਤਾਂ ਪੈਸਾ ਜਿਹੜਾ ਹੈਗਾ, ਕੈਪੀਟਲਿਜ਼ਮ ਜਿਹੜਾ ਹੈਗਾ ਉਹ ਡਰਾਈਵ ਕਰਦਾ ਹੈ ਸਾਰੇ ਡਿਸੀਜਨ ਮੇਕਿੰਗ, ਆਪਾਂ ਇਹ ਕਹਿ ਸਕਦੇ ਹਾਂ। ਤਾਂ ਉਹ ਮਤਲਬ ਮੋਟਾ ਮੋਟਾ ਲਾਓ ਕਿ ਅਮਰੀਕਾ ਦਾ ਰਿਲੀਜਨ ਮਨੀ ਹੈ ਇਸ ਟਾਈਮ, ਪੈਸਾ। ਹਰ ਬੰਦਾ ਅਮਰੀਕਾ 'ਚ ਮੂਵ ਸਿਰਫ ਅਤੇ ਸਿਰਫ ਇਸ ਵਾਸਤੇ ਕਰ ਰਿਹਾ ਕਿਉਂਕਿ ਉਹ ਸਭ ਤੋਂ ਜ਼ਿਆਦਾ ਸੈਲਰੀਜ਼ ਦੇ ਰਹੇ ਨੇ, ਉੱਥੇ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਦਾ ਓਪਰਚੁਨਿਟੀ ਇਸ ਟਾਈਮ ਵਰਲਡ ਦੇ ਵਿੱਚੋਂ, ਤਾਂ ਹਰ ਬੰਦਾ ਉੱਧਰ ਨੂੰ ਜਾ ਰਿਹਾ, ਅਟਰੈਕਟ ਕਰ ਰਿਹਾ, ਤਾਂ ਉੱਥੇ ਦਾ ਧਰਮ ਹੀ ਪੈਸਾ। ਅਤੇ ਹੁਣ ਹੁਣ ਗੱਲ ਆ ਗਈ ਕਿ ਜਦੋਂ ਪੈਸਾ ਹੀ ਧਰਮ ਆ ਤਾਂ ਪੈਸਾ ਕਮਾਉਣ ਦੀ ਹਰ ਓਪਰਚੁਨਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਹੁੰਦਾ। ਅਤੇ ਜਿਵੇਂ ਆਪਾਂ ਇੱਕ ਵੀਡੀਓ ਬਣਾਉਂਦੇ ਹਾਂ, ਵੀਡੀਓ ਜਦੋਂ ਆਪਾਂ ਬਣਾ ਰਹੇ ਹੁੰਦੇ ਹਾਂ ਆਪਣੀ ਮਿਹਨਤ ਅੱਡ ਟਾਈਪ ਦੀ ਹੁੰਦੀ ਆ, ਆਪਾਂ ਪੜ੍ਹਦੇ ਹਾਂ, ਆਪਾਂ ਟੌਪਿਕ ਬਾਰੇ ਸੋਚਦੇ ਹਾਂ,
ਆਪਾਂ ਰਿਕਾਰਡ ਕਰਦੇ ਹਾਂ, ਰਿਕਾਰਡਿੰਗ ਕਰਕੇ ਉਸ ਨੂੰ ਆਪਾਂ ਐਡਿਟ ਕਰਦੇ ਹਾਂ, ਐਡਿਟ ਕਰਕੇ ਫਿਰ ਪਾਉਂਦੇ ਹਾਂ, ਹੈ ਨਾ। ਇਹ ਪ੍ਰੋਸੈਸ ਹੋ ਗਿਆ ਅਤੇ ਇਸ ਪ੍ਰੋਸੈਸ 'ਚ ਆਪਾਂ ਨੂੰ ਪਤਾ ਕਿ ਆਪਾਂ ਨੂੰ ਕਿੰਨੇ ਆਪਾਂ ਸਿੱਖੇ ਹਾਂ, ਕਿੰਨਾ ਆਪਾਂ ਜੋ ਪਹਿਲੇ ਦਿਨ ਸੋਚਦੇ ਸੀ ਅਤੇ ਅੱਜ ਆਪਾਂ ਕੁਛ ਕਰ ਰਹੇ ਹਾਂ, ਉਹ 'ਚ ਜ਼ਮੀਨ ਅਸਮਾਨ ਦਾ ਫਰਕ ਆ, ਜ਼ਮੀਨ ਅਸਮਾਨ ਦਾ, ਹੈ ਨਾ ਪ੍ਰੋਸੈਸ 'ਚ। ਪਰ ਜਦੋਂ ਆਪਾਂ ਥੰਬਨੇਲ ਬਣਾਉਂਦੇ ਹਾਂ, ਥੰਬਨੇਲ ਇੱਕ ਬਿਲਕੁਲ ਡਿਫਰੈਂਟ ਆਰਟ, ਆਪਾਂ ਪਹਿਲਾਂ ਉਹਨੂੰ ਬਿਲਕੁਲ ਸੀਰੀਅਸਲੀ ਨਹੀਂ ਲੈਂਦੇ ਹੁੰਦੇ ਸੀ, ਆਪਾਂ ਥੰਬਨੇਲ ਆਈ ਸਿੱਟਦੇ ਹੁੰਦੇ ਸੀ, ਜਿਹੜਾ ਵੀ ਯੂਟਿਊਬ ਨੇ AI ਨੇ ਬਣਾ ਕੇ ਦੇ ਤਾ ਆਪਾਂ ਉਵੇਂ ਹੀ ਪਾ ਦਿੰਦੇ ਸੀਗੇ। ਪਰ ਹੌਲੀ ਹੌਲੀ ਪਤਾ ਲੱਗਿਆ ਕਿ ਥੰਬਨੇਲ ਜਿੰਨੀ ਆਪਣਾ ਵੀਡੀਓ ਆ, ਜਿੰਨੀ ਮਿਹਨਤ ਆ, ਓਨੀ ਹੀ ਥੰਬਨੇਲ ਬਹੁਤ ਇੰਪੋਰਟੈਂਟ ਚੀਜ਼ ਆ। ਅਤੇ ਇਨਫੈਕਟ ਮਤਲਬ ਉਹੀ ਗੱਲ ਆ ਕਿ ਤੁਹਾਡੀ ਤੁਸੀਂ ਦੇਸੀ ਘਿਓ ਲਿੱਤਾ ਤਾਂ ਉਹ ਕਿਹੋ ਜਿਹੀ ਪੈਕੇਜਿੰਗ 'ਚ ਆ, ਜਿਵੇਂ ਹੈ ਨਾ ਬਾਬਾ ਕਈ ਬਾਬਾ ਇੰਪੋਰਟੈਂਟ ਹੈ ਬੇਸਿਕਲੀ, ਤੂੰ ਇਹ ਕਹਿ ਰਿਹਾ ਹੈ। ਹਾਂ ਪੈਕੇਜਿੰਗ ਬਹੁਤ ਇੰਪੋਰਟੈਂਟ ਆ, ਤਾਂ ਜਿਹੜੀ ਇਲੈਕਸ਼ਨਸ ਨੇ ਇਹ ਪੈਕੇਜਿੰਗ ਆ, ਸਿਰਫ ਸਿਰਫ ਤੇ ਸਿਰਫ ਪੈਕੇਜਿੰਗ ਆ, ਕੰਟੈਂਟ ਨਹੀਂ ਹੈਗਾ ਇਹ। ਅੰਦਰ ਕੀ ਆ ਤੁਹਾਡਾ ਇਹ ਨਹੀਂ ਪਤਾ ਕਿ ਦੁਕਾਨ ਦੀ ਬਾਹਰੋਂ ਸਜਾਵਟ ਦੀ ਗੇਮ ਆ ਇਹ, ਬਸ ਬੋਰਡ ਬੂਰਡ ਚੇਂਜ ਹੋਣੇ ਨੇ, ਦੁਕਾਨ ਅੰਦਰ ਉਵੇਂ ਚੱਲੂਗੀ। ਦੁਕਾਨ ਔਰਗੈਨਿਕਲੀ ਉੱਥੇ ਪਹੁੰਚੀ ਆ, ਮਤਲਬ ਉਹ ਕੋਈ ਆਏ ਨਹੀਂ ਸੀਗਾ ਕਿ ਉੱਥੇ ਮਾਈਗ੍ਰੈਂਟ ਆਏ ਨੇ, ਉੱਥੇ ਸਪੇਸ ਬਣੀ ਸੀਗੀ, ਹਜ਼ਾਰਾਂ ਸਾਲਾਂ ਤੋਂ ਬਣ ਰਹੀ ਆ, ਹੌਲੀ ਹੌਲੀ ਚੇਂਜ ਹੋ ਰਹੀ ਆ, ਹੈ ਨਾ। ਅਤੇ ਉਹ ਲੋਕਾਂ ਨੂੰ ਸਿਰਫ ਉਹ ਅੱਡ ਚੀਜ਼ ਆ, ਜਿਵੇਂ ਇੱਕ ਫੁੱਟਬਾਲ ਦਾ ਮੈਚ ਦੇਖਣ ਜਾ ਰਹੇ ਨੇ, ਉੱਥੇ ਵੀ ਸ਼ਰਤਾਂ ਲੱਗ ਰਹੀਆਂ ਨੇ, ਅਤੇ ਇਹਦੇ ਵੀ ਸ਼ਰਤਾਂ ਲੱਗ ਰਹੀਆਂ ਨੇ, ਬਸ ਐਂਟਰਟੇਨਮੈਂਟ ਹੈ ਇਹ। ਜਿਹੜੀ ਪੋਲਿਟਿਕਸ ਇਜ਼ ਕਿ ਐਜ਼ ਅ ਪ੍ਰੋਜੈਕਟ, ਇਹ ਜਿਵੇਂ ਕੋਈ ਕੰਪਨੀ ਨੇ ਐਜ਼ ਅ ਪ੍ਰੋਜੈਕਟ ਲਿਆ ਇਲੈਕਸ਼ਨਸ, ਤੇ ਉਹਨਾਂ ਨੇ ਇਹ ਧਾਰਨਾ ਨੂੰ ਗੋਲ ਦਿੱਤਾ ਗਿਆ ਸੀ ਵੀ ਤੁਸੀਂ ਟਰੰਪ ਨੂੰ ਜਿਤਾਉਣਾ ਹੈ, ਹੈ ਨਾ, ਵੀ ਜਿਵੇਂ ਟਰੰਪ ਨੇ ਦਿੱਤਾ ਇਹ ਪ੍ਰੋਜੈਕਟ ਕਿਸੇ ਨੂੰ ਆਊਟਸੋਰਸ ਕੀਤਾ ਵੀ ਤੁਸੀਂ ਮੈਨੂੰ ਜਿਤਾਉਣਾ ਹੈ, ਤਾਂ ਉਹਨੂੰ ਜਿਤਾਉਣ ਵਾਸਤੇ ਜੋ ਮੁਮਕਿਨ ਹੋ ਸਕਦਾ ਸੀ ਉਹਨਾਂ ਨੇ ਸਮਾਜ ਦੇ ਵਿੱਚੋਂ ਇੰਟਰਵਿਊਜ਼ ਕਰਕੇ ਉਹਨਾਂ ਨੇ ਨਬਜ਼ ਫੜੀ ਵੀ ਕੀ ਉਹਨਾਂ ਦੇ ਫੀਅਰ ਫੈਕਟਰ ਕੀ ਨੇ ਸਮਾਜ ਦੇ, ਤੇ ਉਹ ਫੀਅਰ ਦੇ ਉੱਤੇ ਪੂਰਾ ਏਜੰਡਾ ਬਣਾ ਕੇ ਉਹਨੂੰ ਇਲੈਕਸ਼ਨ ਜਿਤਾਇਆ। ਮਤਲਬ ਉਹੀ ਕੰਪਨੀ, ਉਹੀ ਕੰਪਨੀ ਅੱਜ ਤੁਹਾਨੂੰ ਕੋਈ ਟੋਫੀਆਂ ਵੇਚੂਗੀ, ਕੱਲ ਨੂੰ ਉਹ ਕੋਈ ਦਾਰੂ ਦੀ ਬ੍ਰੈਂਡਿੰਗ ਕਰ ਦੂਗੀ, ਪਰਸੋਂ ਨੂੰ ਗੱਡੀ ਦੀ ਬ੍ਰੈਂਡਿੰਗ ਕਰ ਦੂਗੀ, ਚੌਥੇ ਨੂੰ ਟਰੰਪ ਦੀ ਬ੍ਰੈਂਡਿੰਗ ਕਰ ਦੂਗੀ। ਇਹ ਇਲੈਕਸ਼ਨ ਟੱਪੀ ਤੇ ਉਹੀ ਕੰਪਨੀ ਮੁੜ ਕੇ ਹੁਣ ਫਿਰ ਕਾਰਪੋਰੇਟ ਹਾਊਸਿਸ ਵਾਸਤੇ ਕਹੂਗੀ, ਦੱਸੋ ਕੀ ਸਮਾਨ ਲੋਕਾਂ ਦੇ ਵਿੱਚ ਅਸੀਂ ਪ੍ਰੈਜੈਂਟ ਕਰਨਾ, ਮਾਰਕੀਟ ਕਰਨਾ, ਲੋਕਾਂ ਦਾ ਇਨਫਲੂਐਂਸ ਬਦਲਣਾ। ਪਿੱਛੇ ਫੈਕਟਰੀ 'ਚ ਕੋਈ ਫਰਕ ਨਹੀਂ ਪੈਂਦਾ, ਸਿਰਫ ਬ੍ਰੈਂਡਿੰਗ ਦਾ ਫਰਕ ਹੁੰਦਾ ਇਹ। ਨਹੀਂ ਨਹੀਂ ਮੈਨੂੰ ਨਾ ਪਰ ਆਏ ਨਹੀਂ ਲੱਗਦਾ ਕਿਤੇ ਨਾ ਕਿਤੇ, ਦੇਖ ਜਿਹੜਾ ਟਰੰਪ ਹੈ ਨਾ ਇਹ ਬੜਾ ਸਿਰਫਰਾ ਬੰਦਾ ਹੈ, ਮਤਲਬ ਜਦੋਂ ਪਹਿਲਾਂ ਵੀ ਆਇਆ ਸੀਗਾ ਤੇ ਇਹਨੇ ਕਾਫੀ ਇਹ ਨਾ ਮੈਂ ਕਿਤੇ ਦੇਖ ਰਹੀ ਸੀ ਅੱਜ ਵੀ ਕਿਸੇ ਜਨ ਮੰਨੇ ਪਰ ਮੰਨੇ ਬੰਦੇ ਦੀ ਇੰਟਰਵਿਊ USA ਦੀ, ਤੇ ਉਹ ਕਹਿੰਦਾ ਕਿ ਇਹ ਨਾ ਬੜਾ ਅਨਪ੍ਰਡਿਕਟੇਬਲ ਹੈ, ਮਤਲਬ ਇਹ ਇਹਨੇ ਇਹਨੂੰ ਨਾ ਇਹ ਪ੍ਰੋਸੈਸ ਦੇ ਅਕੋਰਡਿੰਗ ਨਹੀਂ ਚੱਲਦਾ। ਜਿਵੇਂ ਇਹਨੂੰ ਸਵੇਰੇ ਆ ਕੇ ਦੱਸਿਆ ਗਿਆ ਕਿ ਅੱਜ ਤੁਹਾਡੀਆਂ 4 ਮੀਟਿੰਗਾਂ ਨੇ, ਹੈ ਨਾ, ਉਹ ਮੀਟਿੰਗਾਂ 'ਚ ਆਹ ਆਹ ਡਿਸਕਸ ਹੋਣਾ ਅਤੇ ਆਹ ਆਪਣਾ ਵਿਊ ਪੁਆਇੰਟ ਹੈ, ਇਹਨੇ ਸੁਣ ਲੈਣਾ ਉਸ ਟਾਈਮ 'ਤੇ, ਉਦੋਂ ਕਹਿ ਦੂਗਾ ਹਾਂ, ਅਤੇ ਫਿਰ ਦੁਪਹਿਰੇ ਕੁਛ ਹੋਰ, ਸ਼ਾਮ ਨੂੰ ਕੁਛ ਹੋਰ, ਮਤਲਬ ਇਹ ਕਹਿੰਦਾ ਕਿ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਖੜ੍ਹੇ ਪੈਰੇ ਨੇ ਕੀ ਕਰ ਦੇਣਾ ਬਾਅਦ 'ਚ, ਹੈ ਨਾ। ਅਤੇ ਇਹ ਚੀਜ਼ ਅਮੈਰੀਕਾ ਦੇ ਜਿਹੜੇ ਵੈਲ ਡਿਫਾਈਨਡ ਬਿਊਰੋਕਰੇਸੀ ਹੈ ਉਹਨੂੰ ਇਹ ਚੀਜ਼ ਬੜੀ ਖਾਂਦੀ ਹੈ ਵੀ ਇਹ ਨਾ ਡਿਸੀਜਨ ਆਪਣੇ ਆਪ ਲੈਂਦਾ, ਮਤਲਬ ਇਕੱਲਾ ਲੈ ਕੇ ਖੁਸ਼ ਹੈ, ਕਹਿੰਦਾ ਕਿ ਮੈਂ ਲੀਡ ਕਰ ਰਿਹਾ ਤਾਂ ਮੇਰੇ ਅਕੋਰਡਿੰਗ ਡਿਸੀਜਨ ਲਿੱਤਾ ਜਾਏ, ਬਿਊਰੋਕਰੇਸੀ ਸਾਈਡ 'ਤੇ ਬੈਠੇ। ਤਾਂ ਇਹ ਕੌਨਫਲਿਕਟ ਪਿਛਲੀ ਵਾਰ ਆਇਆ ਸੀਗਾ ਅਤੇ ਉਸ ਤੋਂ ਬਾਅਦ ਇਹ ਹਾਰਿਆ, ਅਤੇ ਬਹੁਤ ਵੱਡੇ ਜਿਹੜੀ ਇਸ ਵਾਰ ਦਾ ਏਜੰਡਾ ਇਹਦਾ, ਕਿਉਂਕਿ ਇਹ ਨਾ ਬੜਾ ਖੁੰਦਕੀ ਇਨਸਾਨ ਹੈ, ਇਹਨੇ ਬੜੇ ਓਪਨਲੀ ਕਿਹਾ ਕਿ ਮੈਂ USA ਦੀ ਬਿਊਰੋਕਰੇਸੀ ਨੂੰ ਚੇਂਜ ਕਰੂੰਗਾ, ਮਤਲਬ ਮੈਂ ਆਪਣੇ ਲੋਇਲਿਸਟ ਬੰਦੇ ਬਿਠਾਊਂਗਾ ਸਾਰੇ ਜਗ੍ਹਾ 'ਤੇ, ਸਾਰੇ ਉਹਨਾਂ ਦੇ ਜਿਵੇਂ ਆਪਾਂ ਕੰਪੇਅਰ ਕਰ ਲਈਏ IAS ਔਫਿਸਰ ਜਿਵੇਂ ਕਹਿ ਲਓ, ਵੀ ਸਾਰੇ ਮੈਂ ਚੇਂਜ ਕਰ ਦੂੰਗਾ, ਆਪਣੇ ਬੰਦੇ ਬਿਠਾਊਂਗਾ ਸੁਪਰੀਮ ਕੋਰਟ ਦੇ ਵਿੱਚ, ਆਪਦੇ ਜੁਡੀਸ਼ਰੀ ਦੇ ਵਿੱਚ ਆਪਣੇ ਬੰਦੇ ਬਿਠਾਊਗਾ ਇਹ, ਅਤੇ ਇਹਨੇ ਪੂਰਾ ਐਲਾਨ ਕੀਤਾ ਇਸ ਚੀਜ਼ ਦਾ। ਤਾਂ ਇਹ ਇੱਕ ਇੰਟਰਨਲ ਜੰਗ ਵੀ ਹੈ ਜਿੱਥੇ ਕਿ ਇਹ ਚੀਜ਼ਾਂ ਦੇ ਕਰਨ ਦੇ ਨਾਲ ਅਮੈਰੀਕਾ ਦਾ ਜਿਹੜਾ ਵੇ ਆਫ ਵਰਕਿੰਗ ਹੈ ਨਾ ਉਹ ਕਾਫੀ ਹੱਦ ਤੱਕ ਚੇਂਜ ਹੋਣ ਵਾਲਾ ਹੈ।
ਤਾਂ ਆਪਾਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਸਿਰਫ ਲਿਫਾਫਾ ਹੈ, ਇਹ ਅੰਦਰੋਂ ਚੀਜ਼ ਇਹ ਚੀਜ਼ਾਂ ਚੇਂਜ ਹੋਣਗੀਆਂ। ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਇੱਕ ਔਰਗੈਨਿਕਲੀ ਸਿਸਟਮ ਰਨ ਕਰਦਾ, ਜਿਵੇਂ ਮੈਂ ਚਲੋ ਤੁਹਾਨੂੰ ਪੰਜਾਬ ਦਾ ਐਗਜ਼ਾਮਪਲ ਦੇ ਦਾਂ ਕਿ ਪੰਜਾਬ ਦੇ ਵਿੱਚ ਇੱਕ ਇੱਕ ਰੋਜ਼ਮਰਾ ਦੀ ਜ਼ਿੰਦਗੀ ਚੱਲ ਰਹੀ ਆ ਲੋਕਾਂ ਦੀ, ਹੈ ਨਾ। ਲੋਕ ਝੋਨਾ ਲਾ ਰਹੇ ਨੇ, ਕਣਕ ਲਾ ਰਹੇ ਨੇ, ਉਹ ਮੰਡੀਆਂ 'ਚ ਜਾ ਰਹੀ ਆ, ਬੇਕਰੀ ਆ, ਸਿਟੀ ਦੇ ਲੋਕ ਆਪਣਾ ਕੰਮ ਕਰ ਰਹੇ ਨੇ, ਜਿਵੇਂ ਇੱਕ ਪ੍ਰੋਸੈਸ ਆ ਉਹ ਤਾਂ ਇੱਕ ਹੈ। ਉਸ ਪ੍ਰੋਸੈਸ ਇੱਕੋ ਪ੍ਰੋਸੈਸ ਹੁੰਦਾ, ਇੱਕ ਹੁੰਦਾ ਜਿਹਦੇ ਕੋਲ ਪਾਵਰ ਆ ਉਸ ਟਾਈਮ, ਉਹਦੇ ਕੋਲ ਕੁਛ ਧੰਦੇ ਹੁੰਦੇ ਨੇ ਜੋ ਕਿ ਸਭ ਤੋਂ ਸੌਖੇ ਧੰਦੇ ਹੁੰਦੇ ਨੇ, ਪਾਵਰ ਦੇ ਧੰਦੇ ਨੇ। ਪਾਵਰ ਦੇ ਧੰਦੇ ਨੇ ਮਾਈਨਿੰਗ, ਪਾਵਰ ਦਾ ਧੰਦਾ, ਦਾਰੂ ਪਾਵਰ ਦਾ ਧੰਦਾ, ਸਿੱਧਾ ਸਿੱਧਾ ਕੁਛ ਉਹਦੇ 'ਚ ਲੈਣਾ ਦੇਣਾ ਨਹੀਂ, ਸਿੱਧਾ ਸਿੱਧਾ ਲਾਇਸੈਂਸਾਂ ਦੀ ਖੇਡ ਆ, ਹੈ। ਰੀਅਲ ਸਟੇਟ ਪਾਵਰ ਦਾ ਧੰਦਾ, ਅੱਜ ਤੁਹਾਡੇ ਕੋਲ CLU ਕਰਨ ਦੀ ਪਾਵਰ ਆ, ਤੁਸੀਂ ਚੇਂਜ ਆਫ ਲੈਂਡ ਯੂਜ਼ ਕਰਾ ਸਕਦੇ ਹੋ, ਤੁਸੀਂ ਅੱਜ ਕਿਸੇ ਵੀ ਦਿਨ ਐਗਰੀਕਲਚਰ ਲੈਂਡ ਨੂੰ ਤੁਸੀਂ ਕਮਰਸ਼ੀਅਲ ਲੈਂਡ 'ਚ ਕਨਵਰਟ ਕਰ ਸਕਦੇ ਹੋ, ਸਿਰਫ ਤੁਹਾਡੇ ਸਾਈਨਾਂ ਦੀ ਲੋੜ ਆ, ਕੋਈ ਉਹਦੇ 'ਚ ਕੋਈ ਲੌਜਿਕ ਨਹੀਂ ਹੈਗਾ, ਕੋਈ ਪ੍ਰੋਜੈਕਟ ਨਹੀਂ ਹੈਗਾ। ਤੁਸੀਂ ਸਾਈਨ ਕੀਤੇ, ਤੁਹਾਨੂੰ ਕਰੋੜਾਂ ਰੁਪਏ ਮਿਲਿਆ, ਤੁਸੀਂ ਉਹ ਪ੍ਰੋਜੈਕਟ ਕਿਸੇ ਨੂੰ ਹੈਂਡਓਵਰ ਕਰ ਦਾਂਗੇ, ਸਮਝ ਰਹੇ ਹੋ। ਤਾਂ ਇਹ ਜਿਹੜੇ ਪਾਵਰ ਦੇ ਧੰਦੇ ਹੁੰਦੇ ਨੇ, ਇਹ ਪਾਵਰ ਹਾਊਸਿਸ ਜਿਹੜੇ ਪੋਲੀਟੀਕਲ ਕੰਪਨੀਜ਼ ਹੁੰਦੀਆਂ ਨੇ ਉਹਨਾਂ ਕੋਲ ਆ ਜਾਂਦੇ ਨੇ ਐਂਡ 'ਚ ਲੈ ਦੇ ਕੇ। ਇਹ ਸਭ ਤੋਂ ਇਹ ਆਪਣੇ ਆਪ 'ਚ ਇੱਕ ਅੱਡ ਧੰਦਾ, ਜਿਵੇਂ ਇੱਕ ਇੰਟੈਲੀਜੈਂਸ ਦਾ ਧੰਦਾ, ਇੱਕ ਐਜੂਕੇਸ਼ਨ ਦਾ ਧੰਦਾ, ਹੈ ਨਾ, ਜਿਵੇਂ ਐਜੂਕੇਸ਼ਨ ਆ, ਹੈ ਤਾਂ ਉਹ ਅਲੱਗ ਧੰਦੇ ਨੇ, ਇਹ ਅਲੱਗ ਧੰਦਾ। ਤਾਂ ਇਹ ਜਿਹੜੀ ਲੜਾਈ ਝਗੜਾ ਹੁੰਦਾ, ਇਹ ਉਸ ਲੈਵਲ ਦੇ ਧੰਦੇ ਦੀ ਹੁੰਦੀ ਆ, ਜਿਹੜਾ ਹੁਣ ਬਿਊਰੋਕਰੇਸੀ ਹੁੰਦੀ ਆ। ਬਿਊਰੋਕਰੇਸੀ ਹਮੇਸ਼ਾ ਜਿਹੜੇ ਵੀ ਪਾਵਰ ਬੰਦੇ ਬੈਠੇ ਹੁੰਦੇ ਨੇ ਉਹਨਾਂ ਦੇ ਚਾਚੇ ਤਾਇਆਂ ਦੀ ਹੀ ਬਿਊਰੋਕਰੇਸੀ ਹੁੰਦੀ ਆ। ਇੰਡੀਆ 'ਚ ਵੀ ਇਹੀ ਰੌਲਾ ਚੱਲਦਾ, ਨਹੀਂ ਇੰਡੀਆ 'ਚ ਉਹ ਹਮੇਸ਼ਾ, ਪਰ US 'ਚ ਨਹੀਂ ਹੁੰਦੀ ਸੀਗੀ ਪਹਿਲਾਂ ਉਹ, ਇਹ ਹੁਣ ਚੇਂਜ ਕਰਕੇ ਇੰਡੀਆ ਵਰਗਾ ਸਿਸਟਮ ਬਣ ਰਿਹਾ ਉੱਥੇ ਵੀ ਅਮਰੀਕਾ ਦੇ ਵਿੱਚ, ਜਿੱਥੇ ਕਿ ਪੁਰਾਣੀ ਬਿਊਰੋਕਰੇਸੀ ਨੂੰ ਰਿਪਲੇਸ ਕਰਕੇ ਆਪਣੇ ਲੋਇਲਿਸਟ ਬਿਠਾਏ ਜਾਣਗੇ ਹੁਣ। ਧੋਖਾ ਸੀਗਾ ਤੇ ਉਹ ਧੋਖੇ ਦਾ ਕਹਿੰਦਾ ਬਦਲਾ ਲੈਣ ਆਇਆ ਮੈਂ, ਕਿਉਂਕਿ ਜਿਵੇਂ ਚਾਈਨਾ ਦੇ ਵਿੱਚ ਆ ਜਾਂ ਰਸ਼ੀਆ ਦੇ ਵਿੱਚ ਆ, ਉੱਥੇ ਤਾਂ 25 ਆਏ ਨਹੀਂ ਹੁੰਦਾ। ਇਹ ਤੁਹਾਨੂੰ ਵਹਿਮ ਹੁੰਦਾ ਕਿ ਕਦੀ ਵੀ ਕੋਈ ਬੰਦਾ ਇੱਕ ਪੋਸਟ ਤੇ ਪਹੁੰਚ ਜਾਵੇ, ਉਸ ਤੋਂ ਬਾਅਦ ਆਪਣੇ ਆਪ ਕਹੇ ਕਿ ਹੁਣ ਜੀ ਮੈਂ ਦੁਬਾਰਾ ਤੋਂ ਇਲੈਕਸ਼ਨਾਂ ਕਰਾਊਂਗਾ। ਰਾਜੇ ਰੂਜੇ ਆਏ ਨਹੀਂ ਕਰਦੇ ਹੁੰਦੇ, ਰਾਜੇ ਆਪਣੇ ਬੱਚਿਆਂ ਨੂੰ ਹੀ ਰਾਜ ਦਿੰਦੇ ਹੁੰਦੇ ਨੇ ਹਮੇਸ਼ਾ। ਤਾਂ ਜਿਹੜਾ ਚਾਈਨਾ ਹੈਗਾ ਜਾਂ ਰਸ਼ੀਆ ਹੈਗਾ, ਉਸ ਪੁਆਇੰਟ ਤੇ ਪਹੁੰਚ ਚੁੱਕਿਆ ਜਿੱਥੇ ਉੱਥੇ ਹੁਣ ਕੋਈ ਚੈਲੈਂਜਰ ਬਚਿਆ ਨਹੀਂ ਹੈਗਾ। ਰਸ਼ੀਆ ਦੇ ਵਿੱਚ ਕੋਈ ਚੈਲੈਂਜਰ ਨਹੀਂ ਹੈਗਾ, ਚਾਈਨਾ 'ਚ ਕੋਈ ਚੈਲੈਂਜਰ ਨਹੀਂ ਹੈਗਾ, ਤਾਂ ਹੀ ਉਹ ਸਾਰੀ ਇਨਵੈਸਟਮੈਂਟ ਚਾਈਨਾ ਵੱਲ ਜਾ ਰਹੀਆਂ ਨੇ। ਤੇ ਇੱਥੇ ਅਮਰੀਕਾ ਦੇ ਵਿੱਚ ਜੇ ਖੁਦ ਬਾਏ ਖੁਦ ਚੈਲੈਂਜਰ ਹੈਗਾ, ਖੁਦ ਬਾਏ ਖੁਦ ਰਾਜ ਲੈਣ ਤੋਂ ਬਾਅਦ ਵੀ ਇੱਕ ਟਾਈਮ ਆਉਂਦਾ ਜਿੱਥੇ ਬੰਦੇ ਨੂੰ ਦੁਬਾਰਾ ਤੋਂ ਟੈਸਟ ਦੇਣਾ ਪੈਂਦੇ ਨੇ, ਮਤਲਬ ਕੋਈ ਤਾਂ ਟੈਸਟ ਲੈਂਦਾ ਨਾ ਇਹਨਾਂ ਦੇ ਉੱਪਰ ਬੈਠਾ, ਇਹਨਾਂ ਦੇ ਉੱਪਰ ਕੋਈ ਨਾ ਕੋਈ ਹੈਗਾ ਜਿਹੜਾ ਟੈਸਟ ਲੈਂਦਾ, ਤੇ ਜਿਹੜਾ ਕਹਿ ਰਿਹਾ ਕਿ ਹਾਂ ਤੁਸੀਂ ਫੇਅਰ ਲੜਾਈ ਝਗੜਾ ਕਰੋ। ਮੈਂ ਤੁਹਾਨੂੰ ਪ੍ਰੋਜੈਕਟ ਦਿੱਤਾ ਸੀਗਾ ਕਿ ਪਿਛਲੇ ਇਲੈਕਸ਼ਨਾਂ ਦੇ ਵਿੱਚ ਟੈਸਲਾ ਇੰਡੀਆ 'ਚ ਲਾਂਚ ਹੋ ਜਾਣੀ ਚਾਹੀਦੀ ਸੀ, ਕਿਉਂ ਨਹੀਂ ਹੋਈ ਲਾਂਚ? ਠੀਕ ਆ, ਹੁਣ ਟਰੰਪ ਕਹੂਗਾ ਕਿ ਮੈਨੂੰ ਬਾਰੀ ਦੇ, ਮੈਂ ਲਾਂਚ ਕਰਵਾ ਕੇ ਦਿਖਾਉਂ ਟੈਸਲਾ 'ਚ, ਇਹਨੂੰ ਨੈਗੋਸ਼ੀਏਸ਼ਨ ਨਹੀਂ ਕਰਨੀ ਆ ਇੰਡੀਆ ਦੇ ਵਿੱਚ ਜਾ ਕੇ। ਠੀਕ ਆ, ਫੋਰਡ ਨੂੰ ਕਿਉਂ ਭੱਜਣਾ ਪਿਆ ਇੰਡੀਆ ਦੇ ਵਿੱਚੋਂ? ਚਾਈਨੀਜ਼ ਕੰਪਨੀਆਂ ਇਹਨਾਂ ਤੋਂ, ਜੈਪਨੀਜ਼ ਕੰਪਨੀਆਂ ਤੋਂ ਕਿਉਂ ਹਾਰ ਗਈ? ਟੋਇਟਾ ਨੇ ਕਿਉਂ ਫੋਰਡ ਦੀ ਧੱਜੀਆਂ ਉਡਾਤੀ ਇੰਡੀਆ 'ਚ, ਹੈ ਨਾ? ਕੀਆ ਆ ਕੇ ਸੈਟਲ ਕਰ ਗਈ? MG ਕਿਉਂ ਨਹੀਂ ਸੈਟਲ ਕਰ ਪਾ ਰਹੀ ਇੰਡੀਆ ਦੇ ਵਿੱਚ? ਤਾਂ ਕਹਿ ਰਿਹਾ ਕਿ ਠੀਕ ਆ ਜੀ ਸਰ, ਇਹ ਤੋਂ ਨਹੀਂ ਹੋਇਆ, ਸਰ ਮੈਨੂੰ ਇੱਕ ਹੀ ਮੌਕਾ ਦਿਓ, ਇੱਕ ਹੀ ਮੈਂ ਦੇਖੋ, ਮੈਂ ਨੈਗੋਸ਼ੀਏਸ਼ਨ ਕਰੂੰਗਾ ਮੋਦੀ ਨਾਲ ਬੈਠ ਕੇ, ਉਹਦੀ ਬਾਂਹ ਮੈਂ ਮਰੋੜੂੰਗਾ, ਜੇ ਨਾ ਮਰੋੜੀ ਮੈਂ ਬੰਦੂਕਾਂ ਚੱਕ ਕੇ ਲੈ ਜੂੰਗਾ ਉੱਥੇ ਤੁਹਾਡੇ, ਤੁਹਾਡੇ ਧੱਜੀਆਂ ਉਡਾ ਦੂੰਗਾ ਦੇਸ਼ ਦੀਆਂ, ਸਮਝ ਰਹੇ ਹੋ ਨਾ? ਇਹ ਹੋਮਵਰਕ ਦਿੱਤਾ ਜਾਂਦਾ ਤੇ ਦੋ
ਦੋ ਠੇਕੇ ਵਾਲੇ ਇੱਕ ਤਰੀਕੇ ਨਾਲ ਜ਼ਮੀਨ ਵਾਲੇ ਮੂਹਰੇ ਗਿੜਗਿੜਾਉਂਦੇ ਨੇ ਕਿ ਬਾਈ ਜੀ ਮੈਨੂੰ ਮੌਕਾ ਦਿਓ ਕਿ ਮੈਂ ਠੇਕਾ ਵੀ ਤੁਹਾਨੂੰ ਵੱਧ ਦੂੰ, ਨਾਲੇ ਮੈਂ ਤੁਹਾਨੂੰ ਕੰਮ ਤੁਹਾਡਾ ਵੱਧ ਕਰੂੰ। ਇਹ ਇਹ ਜਿਹੜਾ ਮਾਲਕ ਉੱਤੇ ਬੈਠਾ ਨਾ, ਮਾਲਕ ਇਹਦੀ ਨਿਸ਼ਾਨੀ ਹੁੰਦੀ ਆ ਮਾਲਕ ਦੀ, ਕਿ ਜੇ ਤੁਹਾਡੇ ਫੇਅਰ ਐਂਡ ਫੇਅਰ ਇਲੈਕਸ਼ਨ ਚੱਲ ਰਹੀਆਂ ਨੇ ਤੇ ਇੰਨੇ ਕੁੱਤੇ ਖਾਣੇ ਵਾਲੀ ਇਲੈਕਸ਼ਨ ਹੋ ਰਹੀ ਨੇ ਜਿੱਥੇ ਬੰਦਾ ਵੀ ਮਾਰਨ ਤੱਕ ਦੀ ਗੱਲ ਪਹੁੰਚ ਜਾਂਦੀ ਆ, ਇੱਕ ਨੀਟ ਐਂਡ ਕਲੀਨ ਦੱਸਿਆ ਜਾ ਰਿਹਾ ਕਿ ਇੱਥੇ ਪਾਵਰ ਹਾਊਸ ਚੇਂਜ ਨਹੀਂ ਹੁੰਦੇ ਹੁੰਦੇ, ਇਹ ਸਿਰਫ ਤੇ ਸਿਰਫ ਹੋਮਵਰਕ ਦਿੱਤਾ ਗਿਆ, ਉਹ ਹੋਮਵਰਕ ਨਹੀਂ ਪੂਰਾ ਕੀਤਾ ਜਾ ਰਿਹਾ, ਦੋ ਧੜਾਂ ਨੂੰ ਖੜਾ ਕਰਕੇ ਉਹਨਾਂ 'ਚ ਮੁਕਾਬਲਾ ਕਰਾਇਆ ਜਾਂਦਾ। ਉਹ ਮੁਕਾਬਲੇ ਦੇ ਥਰੂ ਹੀ ਕੈਪੀਟਲਿਸਟ ਬੰਦਾ ਆਉਂਦਾ ਕਿ ਮੇਰਾ ਕੰਮ ਦੇਖੋ ਹੈਗਾ ਕਿ ਇੱਕ ਬਾਕਸ ਦੇ ਵਿੱਚ ਵਿੱਚ ਤੁਹਾਨੂੰ ਮੁਕਾਬਲਾ ਕਰਵਾਉਂਗਾ ਮੈਂ ਤੁਹਾਡਾ, ਸਮਝ ਉਹ ਰਾਜਾ ਰਾਜਾ ਕੁਛ ਹੋਰ ਹੁੰਦਾ। ਨਹੀਂ ਉਹ ਸਮਝ ਗਏ, ਚਲੋ ਉਹ ਤਾਂ ਪੈਸੇ ਦੀ ਗੇਮ ਹੋ ਗਈ ਕਿ ਰਾਜੇ ਨੂੰ ਪੈਸੇ 'ਚ ਇੰਟਰਸਟ ਹੈ ਵੀ ਮੇਰਾ ਧੰਦੇ ਚੱਲਣੇ ਚਾਹੀਦੇ ਨੇ। ਪਰ ਦੂਜੀ ਚੀਜ਼ਾਂ ਜਿਵੇਂ ਕਿ ਤੂੰ ਕਹਿ ਲਾ ਕਿ ਜਿਹੜਾ ਯੂਕਰੇਨ ਦਾ ਵਾਰ ਹੈ ਅਤੇ ਜਿਹੜਾ ਇਜ਼ਰਾਈਲ ਦਾ ਆਪਣਾ ਵਾਰ ਚੱਲ ਰਿਹਾ ਹੈ ਨਾ, ਇਹ ਚੀਜ਼ਾਂ 'ਤੇ ਇੰਪੈਕਟ ਤਾਂ ਪਊਗਾ ਹੀ ਨਾ, ਕਿਉਂਕਿ ਹੁਣ ਜਿਹੜਾ ਟਰੰਪ ਹੈ ਇਹ ਦੂਜੇ ਧੜੇ ਤੋਂ ਹੈ। ਮਤਲਬ ਇਹ ਕਹਿੰਦੇ ਕਿ ਇਲੈਕਸ਼ਨਾਂ ਤੋਂ ਪਹਿਲਾਂ 7 ਵਾਰ ਤਾਂ ਇਹਦੀ ਪੁਟਿਨ ਦੇ ਨਾਲ ਗੱਲਬਾਤ ਹੋਈ, ਹੈਂ ਉਹਦਾ ਯਾਰ ਦੋਸਤ ਹੈ ਤੁਸੀਂ ਕਹਿ ਲਓ ਪੁਟਿਨ ਦਾ, ਅਤੇ ਉਹ ਉਹ ਹੁਣ ਬਾਇਸ ਤਾਂ ਸ਼ੋ ਹੋਊਗਾ ਹੀ ਨਾ, ਇਹ ਜਿਹੜੇ ਵਾਰ ਹੋ ਰਿਹਾ ਵੀ ਉਹਦੇ 'ਚ ਉਹ ਕਹਿ ਰਿਹਾ ਕਿ ਮੈਂ ਬੰਦ ਕਰਾ ਦੂੰਗਾ ਵਾਰ, ਕਿਵੇਂ ਬੰਦ ਕਰਾਊਗਾ ਹੁਣ ਯੂਕਰੇਨ ਦੇ ਗੱਲ 'ਚ ਧੜੇਸੜੀ ਦਊਗਾ ਇਹ ਕਿ ਤੂੰ ਬੰਦ ਕਰ। ਹਾਂ ਹਾਂ ਹੁਣ ਇਹ ਹੈਲਪ ਨਹੀਂ ਨਾ ਕਰਾਊਗਾ, ਹੁਣ ਹੈਲਪ ਨਹੀਂ ਕਰੂਗਾ, ਕਹਿੰਦੇ ਕਿ ਉਹ ਤਾਂ ਕਾਫੀ ਡਰਿਆ ਹੋਇਆ। ਕੰਪਰੋਮਾਈਜ਼ ਕਰ ਤੂੰ ਉਹਦੇ ਨਾਲ ਪੁਤਿਨ ਦੇ ਨਾਲ, ਕਹਿੰਦੇ ਨੇ 20% ਜਿਹੜੀ ਜਗ੍ਹਾ ਹੈ ਇਹਦੀ ਯੂਕਰੇਨ ਦੀ ਆਲਰੇਡੀ ਰਸ਼ੀਆ ਦੱਬ ਕੇ ਬੈਠਾ ਹੋਇਆ ਅੰਦਰ ਤੱਕ ਵੜਿਆ ਆ, ਉਹਨੇ ਕਹਿਣਾ ਹੁਣ ਉਹਦੇ 'ਤੇ ਸਾਈਨ ਕਰ, ਉਹ 20% ਰਸ਼ੀਆ ਦਾ ਅਤੇ ਤੂੰ ਜਿਹੜਾ 80% ਹੈ ਉਹ 'ਚ ਹੁਣ ਤੂੰ ਆਪਣਾ ਕੰਮ ਸਾਰ, ਨਹੀਂ ਤਾਂ ਮੈਂ ਤੇਰਾ ਹੱਥ ਖਿੱਚਣ ਲੱਗਿਆ ਤੇਰੀ ਹੈਲਪ ਤੋਂ, ਹੈ ਨਾ। ਇਹ ਚੀਜ਼ਾਂ 'ਤੇ ਤਾਂ ਫਰਕ ਪਊਗਾ ਹੀ ਪਊਗਾ ਨਾ ਵੱਡੇ ਲੈਵਲ 'ਤੇ। ਇਹ ਦੇਖੋ ਉਹੀ ਮੈਂ ਕਹਿ ਰਿਹਾ ਨਾ, ਇਹ ਜਿਹੜੇ ਕਾਰਪੋਰੇਟ ਹਾਊਸਿਸ ਦੇ ਹੋਮਵਰਕ ਸੀਗੇ, ਤੇ ਇਹਨਾਂ ਦੇ ਹੋਮਵਰਕ 'ਚ ਕੀ ਸੀਗਾ ਕਿ ਦੁਨੀਆ ਦਾ ਤੇਲ ਲੈ ਕੇ ਆਉਣਾ ਹੈ, ਕਿਉਂਕਿ ਜਿਹੜੀ ਅਮਰੀਕਨ ਕੰਪਨੀਜ਼ ਨੇ, ਅਮਰੀਕਨ ਕੰਪਨੀਜ਼ ਨਹੀਂ ਹੈਗੀਆਂ ਗਲੋਬਲ ਕੰਪਨੀਜ਼ ਨੇ, ਇਹਨਾਂ ਵਾਸਤੇ ਪੂਰਾ ਵਰਲਡ ਇੱਕ ਟੈਰੀਟਰੀ ਆ ਕਿ ਸਾਡਾ ਇੱਥੇ ਵੀ ਬਿਜ਼ਨਸ ਸੈੱਟ ਕਰਨਾ, ਸਾਡਾ ਇੱਥੇ ਵੀ ਬਿਜ਼ਨਸ ਸੈੱਟ ਕਰਨਾ, ਹੁਣ ਅਸੀਂ ਇੱਥੇ ਆਮ ਸੈਮੂਨੇਸ਼ਨ ਸੈੱਲ ਕਰਾਉਣੀਆਂ ਨੇ, ਇੱਥੇ ਉਹ ਤੇਲ ਲੈ ਕੇ ਆਉਣਾ, ਇੱਕ ਹੋਮਵਰਕ ਮਿਲਦੇ ਨੇ। ਅਤੇ ਉਹ ਹੋਮਵਰਕ ਦੇ ਵਿੱਚ ਇਹ ਵੀ ਹੁੰਦਾ ਕਿ ਸਾਨੂੰ ਐਕਸਪੈਂਸ਼ਨਾਂ ਵੀ ਚਾਹੀਦੀਆਂ ਨੇ ਕਿ ਜਿਹੜੇ ਘਾਟੇ ਦੇ ਬਿਜ਼ਨਸ ਨੇ ਉਹਨਾਂ ਨੂੰ ਛੱਡੋ, ਕਿਉਂ ਕਿਉਂ ਅਮਰੀਕਾ ਦੇ ਕਿਉਂ ਹੋਇਆ ਕਿ ਅਫਗਾਨਿਸਤਾਨ 'ਚ ਅਚਾਨਕ ਜਿਹਦੇ ਅਗੇਂਸਟ ਫੌਜ ਭੇਜੀ ਗਈ ਉਸੇ ਨੂੰ ਤਾਲਿਬਾਨ ਨੂੰ ਇਹ ਸਾਰਾ ਹੱਥ ਫੜਾ ਕੇ ਆ ਗਏ, ਸਮਝ ਰਹੇ ਹੋ? ਬਿਕੋਜ਼ ਉੱਥੇ ਹੁਣ ਸੀਗਾ ਨਹੀਂ ਕੁਛ, ਖਤਮ ਹੋ ਗਿਆ ਸੀ, ਉਹ ਘਾਟੇ ਦੇ ਸਾਈਟ ਬਣ ਗਈ ਸੀਗੀ, ਹੈ ਜਸਟ ਐਸਟੈਬਲਿਸ਼ ਹੋ ਗਈ ਸੀ, ਉਹਨਾਂ ਨੇ ਅੱਗੇ ਆਊਟਸੋਰਸ ਕਰਤੀ। ਇਹ ਤਾਂ ਸਿਰਫ ਇੱਕ ਡਿਜ਼ਾਈਨ ਹੁੰਦਾ ਕਿ ਕੌਣ ਬੰਦਾ ਜਿਹੜਾ ਉਹਨਾਂ ਦਾ ਬਾਬੂ ਆ, ਜਿਹੜਾ ਹੈੱਡ ਆ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਰੈਵਨਿਊ ਇਕੱਠਾ ਕਰਕੇ ਦੇ ਸਕਦਾ ਦੁਨੀਆਂ ਦੇ ਵਿੱਚੋਂ, ਉਹ ਦੇਖਣਗੇ। ਤਾਂ ਉਸ ਤੋਂ ਬਾਅਦ ਹੈਗੀ ਮਾਰਕੀਟਿੰਗ ਆ। ਦੇਖੋ ਜਦੋਂ ਤੁਸੀਂ ਦੋ ਬੰਦਿਆਂ ਦਾ ਮੁਕਾਬਲਾ ਕਰਾਇਆ ਜਾ ਰਿਹਾ, ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਸਿਰਫ ਇੱਕ ਦਿਨ ਇੱਕ ਬਟਨ ਦਬਵਾਉਣਾ, 4 ਸਾਲਾਂ ਬਾਅਦ ਤੁਹਾਡੇ ਕੋਲ ਸਿਰਫ ਤੇ ਸਿਰਫ ਇੱਕ ਦਿਨ ਤੁਸੀਂ ਇੱਕ ਚੋਇਸ ਲੈਣੀ। ਜਿਵੇਂ ਤੁਸੀਂ ਨੂਨ ਦੀ ਥੈਲੀ ਖਰੀਦਣ ਜਾ ਰਹੇ ਹੋ ਤਾਂ ਤੁਸੀਂ ਉੱਥੇ ਕਹੋਗੇ ਮੈਂ ਟਾਟਾ ਦਾ ਨੂਨ ਲੈਣਾ ਕਿ ਜਾਂ ਮੈਂ ਫਲਾਨੀ ਕੰਪਨੀ ਦਾ ਲੈਣਾ, ਬਸ ਦੈਟਸ ਇਟ। ਸਿਰਫ ਤੇ ਸਿਰਫ 4 ਸਾਲਾਂ ਬਾਅਦ ਇੱਕ ਪੁਆਇੰਟ ਆਉਂਦਾ ਜਿੱਥੇ ਜਾ ਕੇ ਤੁਸੀਂ ਦਾਅ ਖੇਡਣਾ ਤੇ ਉਸ ਦਾਅ ਨੂੰ ਜਿੱਤਣ ਦਾ ਰੌਲਾ ਹੁੰਦਾ, ਬਸ ਹੋਰ ਉਸ ਤੋਂ ਇਲਾਵਾ ਕੁਛ ਨਹੀਂ ਹੈਗਾ। ਇਹ ਜਿਵੇਂ ਹੀ ਉਹ ਦਾਅ ਤੁਸੀਂ ਬਟਨ ਦੱਬਿਆ ਤੇ ਜਿਹੜਾ ਬੰਦਾ ਉਸ ਤੋਂ ਬਾਅਦ ਇੱਕਦਮ ਪਲਟਾ ਮਾਰਨ 'ਚ ਸ਼ੇਰ ਹੋਵੇ ਤਾਂ ਉਹ ਟਰੰਪ ਦੇ ਵਿੱਚ ਇੱਕ ਆਰਟ ਹੈਗੀ, ਇਹ ਦੂਸਰੇ ਨੂੰ ਕੱਟ ਰਿਹਾ, ਕਿਉਂਕਿ ਇਹ ਉਸ ਪਲਟੇ ਨੂੰ ਵੀ ਜਸਟੀਫਾਈ ਕਰਨ ਦੇ ਵਿੱਚ ਬਹੁਤ ਅੱਛਾ ਕਾਮਯਾਬ ਹੋ ਰਿਹਾ। ਮਤਲਬ ਇੱਕ ਪਾਰਟੀ ਦੀ ਮਤਲਬ ਹਰੇਕ ਗੱਲ ਨੂੰ ਆਪਣੇ ਤਰੀਕੇ ਨਾਲ ਕਹਿ ਕੇ ਹੋ ਸਕਦਾ ਲੋਕਾਂ ਨੂੰ ਕਨਵਿੰਸ ਕਰ ਲੈਂਦਾ ਹੋਵੇ ਮਾਰਕੀਟਿੰਗ ਸਟੰਟਸ ਦੇ ਥਰੂ। ਜਿਵੇਂ ਨਹੀਂ, ਦੂਸਰੀ ਗੱਲ ਲੋਕ ਜਿਹੜੇ ਨੇ ਜਿਵੇਂ ਇਹਨੂੰ ਇੱਕ ਹੁਣ ਇੱਕ ਮਸੀਹਾ ਦੇ ਵਾਂਗੂ ਦੇਖ ਰਹੇ ਨੇ ਵੀ ਇਹ ਸ਼ਾਂਤੀ ਦੁਨੀਆ 'ਚ ਲੈ ਕੇ ਆਊ ਕਿਸ ਤਰੀਕੇ ਨਾਲ, ਵੀ ਇੰਨਾ ਟਾਈਮ ਹੋ ਗਿਆ ਲੜਾਈ ਚੱਲ ਰਹੀ ਆ, ਦੋ ਵਰਡ ਦੇ ਪਾਠ ਹੋ ਰਹੇ ਨੇ ਜਾਂ ਕਿਵੇਂ ਆ, ਵੀ ਇਹ 'ਚ ਕੋਈ ਆਰਟ ਹੈਗੀ ਆ ਵੀ ਜਿਹੜਾ ਇਹ ਸਾਰਾ ਕੁਛ ਠੀਕ ਠਾਕ ਕਰਾ ਦੂਗਾ।
ਨਹੀਂ ਤੇ ਦੂਜੇ ਹੋਰ ਦੋ ਤਿੰਨ ਇੰਪੈਕਟ ਤੁਹਾਨੂੰ ਹੋਰ ਦੱਸਦੀ ਆ। ਪਹਿਲਾਂ ਥੋੜੇ ਇੰਪੈਕਟਸ ਦੀ ਗੱਲ ਕਰ ਲਈਏ ਕਿ ਜਿਹੜੇ ਆਪਣੇ ਇਮੀਗ੍ਰੈਂਟਸ ਨੇ USA ਚੋਂ, ਕਹਿੰਦਾ ਤਾਂ ਇਹ ਹੈ ਵੀ ਮੈਂ 25 ਮਿਲੀਅਨ ਇਮੀਗ੍ਰੈਂਟਸ ਨੂੰ ਕੱਢੂੰਗਾ ਬਾਹਰ ਤਾਂ ਕਿ ਜਿਹੜੇ ਲੋਕਲ ਅਮੈਰੀਕਨਸ ਨੇ ਉਹਨਾਂ ਲਈ ਜੋਬ ਕ੍ਰੀਏਟ ਹੋ ਸਕੇ, ਹੈ ਨਾ। ਹੁਣ ਇਹ ਵੀ ਇੱਕ ਹੋ ਲੱਗਦਾ ਕਿ ਐਵੇਂ ਇਹਨੇ ਫੁਲਤਰੀ ਛੱਡੀ ਹੋਵੇ ਵੀ ਪ੍ਰੈਕਟੀਕਲ ਕਰਨਾ, ਜਿਵੇਂ ਮੋਨਜੀਤ ਕਹਿੰਦਾ ਪ੍ਰੈਕਟੀਕਲੀ ਪੋਸੀਬਲ ਨਾ ਹੋਵੇ ਇਹ ਚੀਜ਼ਾਂ ਕਰਨਾ, ਸਿਰਫ ਇਹਨੇ ਕਹਿਤਾ ਉਸ ਟਾਈਮ 'ਤੇ ਇਲੈਕਸ਼ਨਾਂ ਜਿੱਤਣ ਵਾਸਤੇ। ਇਹ ਚੀਜ਼ ਇੱਕ ਦੇਖਣੀ ਪੈਣੀ ਹੈ ਵੀ ਇਹ ਐਕਚੁਅਲੀ 'ਚ ਕਰਦਾ ਹੈ ਕਿ ਨਹੀਂ ਕਰਦਾ ਇਹ ਇਹ ਚੀਜ਼, ਫਿਰ ਤਾਂ ਬਹੁਤ ਉਥਲ ਪੁਥਲ ਹੋ ਜਾਣੀ ਹੈ ਜੇ ਉਹਨੇ ਕਰਤਾ ਐਕਚੁਅਲੀ 'ਚ ਇਹ ਚੀਜ਼, ਹੈ। ਫਿਰ ਨਹੀਂ ਯੂਐਸ ਦੇ ਵਿੱਚ, USA ਵਿੱਚ ਹਾਂ, ਕਹਿੰਦਾ 25 ਮਿਲੀਅਨ। ਅੱਜ ਮੈਂ ਨਿਊਜ਼ 'ਚ ਪੜ੍ਹ ਰਹੀ ਸੀਗੀ ਕਿਸੇ ਕਿਸੇ ਸਾਈਟ 'ਤੇ ਹੀ ਕਿ ਇਹ ਨਾ ਵੱਡੀ ਵੱਡੀ ਸਿਟੀਜ਼ ਦੇ ਨੇੜੇ ਤੇੜੇ ਕੁਛ ਬਣਾ ਰਿਹਾ ਵੀ ਉੱਥੇ ਇਹਨਾਂ ਨੇ ਫੜ ਫੜ ਕੇ ਜਿਹੜੇ ਵੀ ਇਲੀਗਲ ਲੋਕ ਨੇ ਉੱਥੇ ਲਿਆਈ ਜਾਣੇ, ਉੱਥੇ ਲਿਆਈ ਜਾਣੇ ਕੁਛ ਪੈਣਗੇ ਜੇ ਕੈਂਪਸ, ਹਾਂ ਹੋਊਗਾ ਜੇ ਇੰਨੀ ਇੰਨੇ ਵੱਡੇ ਨੰਬਰ ਨੂੰ ਕੱਢਣ ਦੀ ਇਹ ਗੱਲ ਕਰ ਰਿਹਾ ਤਾਂ ਇਹ ਸਭ ਇਹਨੂੰ ਕਰਨਾ ਪੈਣਾ ਹੈ ਨਾ ਜੇ ਇਹਨੇ ਅਮਲ ਕਰਨਾ ਆਪਣੀ ਕਹੀ ਹੋਈ ਗੱਲਾਂ ਤੇ। ਹੋਰ ਦੂਜੀ ਗੱਲ, ਹੋਰ ਇੰਪੈਕਟ ਕੀ, ਜਿਹੜਾ ਆਪਣਾ ਇਜ਼ਰਾਈਲ ਦਾ ਵਾਰ ਚੱਲ ਰਿਹਾ ਗਲਫ ਦੇ ਵਿੱਚ, ਇਹਦੇ 'ਚ ਇਹ ਇਜ਼ਰਾਈਲ ਨੂੰ ਕਾਸਾਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਇਹ ਇਜ਼ਰਾਈਲ ਨੂੰ ਕਹੂਗਾ ਜਲਦੀ ਖਤਮ ਕਰ ਵਾਰ ਨੂੰ ਵੀ ਤੂੰ ਇਰਾਨ ਤੇ ਕਰ ਹਮਲਾ ਹੁਮਲਾ ਜੋ ਕਰਨਾ, ਕਿਉਂਕਿ ਆਇਲ ਦੇ ਵਿੱਚ ਇੰਟਰਸਟ ਹੈ, ਉੱਥੋਂ ਪੈਸਾ ਹੋਊਗਾ ਅਮਰੀਕਾ ਨੂੰ, ਹਾਂ ਵੀ ਉਹ ਫਟਾਫਟ ਖਤਮ ਕਰਕੇ ਹਮਲਾ ਹੁਮਲਾ ਕਰਕੇ ਉੱਥੋਂ ਆਪਣੀ ਆਇਲ ਰਿਫਾਇਨਰੀਜ਼ ਨੇ ਜਿਹੜੀ ਉਹਨਾਂ 'ਤੇ ਕਬਜ਼ਾ ਲਓ ਇਰਾਨ 'ਤੇ ਉਹਨਾਂ ਦਾ ਜਿਹੜਾ ਨਿਊਕਲੀਅਰ ਜੋ ਵੀ ਹੈਗਾ ਪ੍ਰੋਗਰਾਮ ਉਹਨੂੰ ਡਿਸਟਰੋਏ ਕਰੋ, ਇਹ ਆਸ ਲਗਾਈ ਜਾ ਰਹੀ ਹੈ। ਫਿਰ ਸਭ ਤੋਂ ਵੱਡਾ ਧੱਕਾ ਇਨਵਾਇਰਮੈਂਟ, ਜਿੰਨੇ ਵੀ ਅਮੈਰੀਕਾ ਦੇ ਅਗਰੀਮੈਂਟ ਹੋਏ ਸੀਗੇ ਇਨਵਾਇਰਮੈਂਟ ਨੂੰ ਬਚਾਉਣ 'ਤੇ, ਹੈ ਨਾ, ਇਹ ਕਿਉਂਕਿ ਇਹ ਧੜਾ ਜਿਹੜਾ ਹੈਗਾ ਇਹ ਕਹਿੰਦਾ ਕਿ ਇਹ ਤਾਂ ਇਨਵਾਇਰਮੈਂਟ ਦੀ ਜਿਹੜੀ ਚੀਕਾਂ ਵੱਜ ਰਹੀਆਂ ਨੇ ਇਹ ਤਾਂ ਐਵੇਂ ਨੇ, ਮਤਲਬ ਕੋਈ ਗਲੋਬਲ ਵਾਰਮਿੰਗ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਇਹਨਾਂ ਦਾ ਬੰਨਣਾ ਇਹ ਹੈ। ਅਤੇ ਇਹ ਇਹਨਾਂ ਨੇ ਪੋਲਿਸੀ ਲੈਵਲ 'ਤੇ ਅਮੈਰੀਕਾ ਦਾ ਹੱਥ ਸਾਰੀ ਜਗ੍ਹਾ ਤੋਂ ਖਿੱਚ ਲੈਣਾ, ਅਤੇ ਇਹਨਾਂ ਨੇ ਕਹਿਣਾ ਦਬਾ ਕੇ ਐਕਸਪਲੋਇਟੇਸ਼ਨ ਕਰੋ, ਦਬਾ ਕੇ ਮਾਈਨਿੰਗ ਕਰੋ, ਦਬਾ ਕੇ ਆਇਲ ਕੱਢੋ ਅਤੇ ਪੈਸੇ ਬਣਾਓ, ਹੈ ਨਾ। ਅਤੇ ਇਹ ਮੈਨੂੰ 3-4 ਇੰਪੈਕਟ ਨੇ ਜਿਹੜੇ ਥੋੜ੍ਹੇ ਡੇਂਜਰਸ ਨਜ਼ਰ ਆਉਂਦੇ ਨੇ ਵੀ ਜਿਹੜਾ ਆਪਣਾ ਆਉਣ ਵਾਲਾ ਟਾਈਮ ਹੈ ਇਹਦੇ 'ਚ ਜਿਹੜੇ ਦੁਨੀਆ 'ਤੇ ਇੰਪੈਕਟ ਪਏਗਾ, ਜੋ ਇਹ ਖੋਹਾ ਖਾਹੀ ਦੀ ਗੇਮ ਚੱਲ ਰਹੀ ਹੈ ਨਾ, ਇਹ ਬਹੁਤ ਜ਼ਿਆਦਾ ਸਪੀਡ ਅਤੇ ਇਹਦਾ ਤੇਜ਼ੀ ਫੜਨ ਵਾਲੀ ਹੈ ਇਹਦੇ ਨਾਲ, ਇਹ ਚੇਂਜ ਦੇ ਨਾਲ। ਨਹੀਂ ਮੈਂ ਫੇਰ ਉਹੀ ਗੱਲ 'ਤੇ ਆਊਂਗਾ ਕਿ ਇਹ ਗੱਲ ਐਂ ਨਹੀਂ ਹੁੰਦਾ ਕਿ ਅੱਜ ਜਾ ਕੇ ਕਿਸੇ ਕਾਰਪੋਰੇਟ ਹਾਊਸ ਨੇ ਆਹ ਚੀਜ਼ ਸੋਚੀ ਕਿ ਐਂ ਹੋਣਾ ਚਾਹੀਦਾ, ਇਹ ਇੱਕ ਸੋਚ ਹੁੰਦੀ ਆ। ਇਸ 'ਤੇ ਪ੍ਰੋਜੈਕਟ 25-25 30-30 40-40 50-50 ਸਾਲ ਲੰਬੇ ਪ੍ਰੋਜੈਕਟ ਹੁੰਦੇ ਨੇ, ਅਤੇ ਇਹ ਸਿਰਫ ਅਤੇ ਉਸ ਪ੍ਰੋਜੈਕਟ ਦੇ ਵਿੱਚ ਕਦੀ ਵੀ ਜੋ ਪਿੱਛੇ ਜਿਹਨੂੰ ਆਪਾਂ ਇੱਕ ਸਕੂਲ 'ਚ ਪੜ੍ਹਦੇ ਨੇ 5-year ਪਲਾਨ 10-year ਪਲਾਨ ਕਹਿੰਦੇ ਹੁੰਦੇ ਸੀ ਆਪਾਂ, ਹੈ ਨਾ, ਆਪਣੇ ਇੱਕ ਹੁੰਦਾ ਹੁੰਦਾ ਸੀਗਾ, ਉਹ ਉਹ ਇੱਕ ਅਲੱਗ ਚੀਜ਼ ਹੁੰਦੀ ਆ, ਮਤਲਬ ਉਹ ਪਲਾਨ ਅਲੱਗ ਆ, ਉਹ ਤੁਹਾਡੀ ਸੋਚ ਅਲੱਗ ਆ, ਪਿੱਛੇ ਬੈਕ ਐਂਡ 'ਚ ਕੀ ਸੋਚਿਆ ਹੋਇਆ ਕਿ ਤੁਸੀਂ ਅਗਲੇ 20 ਸਾਲ ਕੰਟਰੀ ਨੇ ਕਿੱਧਰ ਨੂੰ ਜਾਣਾ, ਕੀ ਪਲਾਨ ਆ ਤੁਹਾਡਾ। ਕੰਟਰੀ ਲੈਵਲ ਵੀ ਨਹੀਂ ਕਹਿ ਸਕਦੇ, ਕੰਟਰੀ ਵੀ ਉਹੀ ਆ ਜੋ ਉਹਨੂੰ ਰਨ ਕਰ ਰਿਹਾ, ਐਂਡ ਆਫ ਦਾ ਡੇ ਜੋ ਪੈਸਾ ਲਗਾ ਰਿਹਾ ਉਹੀ ਦੇਸ਼ ਆ, ਜਿਹੜਾ ਬੰਦੇ ਦੇ ਕੋਲ ਜਿਹੜਾ ਬੰਦਾ ਪੈਸਾ ਲਗਾ ਰਿਹਾ, ਉਸਨੇ ਆਪਣੀਆਂ ਦੇਖਣਾ ਕਿ ਮੈਂ ਅਗਲੇ 20-25 ਸਾਲ ਮੈਂ ਕਿਵੇਂ ਚਾਹੁੰਦਾ ਕਿ ਮੇਰਾ ਕੀ ਕੁਛ ਹੋਵੇ। ਤਾਂ ਕਦੀ ਵੀ ਉਹ ਜਿਹੜਾ ਆਈਡੀਓਲੋਜੀ ਉਹ ਕਦੀ ਨਹੀਂ ਬਦਲੂਗੀ, ਉਹ ਹਮੇਸ਼ਾ ਉਹੀ ਰਹੂਗੀ, ਚਾਹੇ ਤੁਸੀਂ ਕਾਂਗਰਸ ਲਿਆਓ ਉਰੇ, ਚਾਹੇ ਅਕਾਲੀ ਲਿਆਓ, ਚਾਹੇ ਤੁਸੀਂ ਆਪ ਲਿਆਓ, ਤਿੰਨਾਂ ਨੇ ਹੀ ਨਰੇਗਾ ਚਲਾਇਆ, ਕੋਈ ਨਰੇਗਾ ਨੂੰ ਬਦਲ ਨਹੀਂ ਸਕਿਆ, ਤਿੰਨਾਂ ਨੇ ਹੀ ਝੋਨਾ ਲਗਵਾਇਆ, ਕੋਈ ਝੋਨੇ ਨੂੰ ਬਦਲ ਨਹੀਂ ਸਕ ਰਿਹਾ, ਸਮਝ ਰਹੇ ਹੋ। ਮਤਲਬ ਜੋ ਲੌਂਗ ਟਰਮ ਪਲਾਨਸ ਹੁੰਦੇ ਨੇ ਉਹ ਲੌਂਗ ਟਰਮ ਪਲਾਨਸ ਨੇ, ਉਹਨਾਂ ਨੂੰ ਹਮੇਸ਼ਾ ਬਿਜ਼ਨਸਮੈਨ ਚਾਹੁੰਦਾ ਕਿ ਮੇਰੇ ਲੰਬੇ ਪਲਾਨ 'ਚ ਕੋਈ ਛੇੜਖਾਨੀ ਨਾ ਹੋਵੇ, ਸਟੇਬਿਲਟੀ ਬਣੀ ਰਹੇ। ਬਸ ਜਿਹੜਾ ਬੰਦਾ ਉਹਦਾ ਡਰਾਈਵਰ ਆ ਉਹ ਚੇਂਜ ਹੁੰਦੇ ਰਹਿਣਗੇ, ਗੱਡੀ ਉੱਧਰ ਨੂੰ ਜਾਊਗੀ, ਸਭ ਕੁਛ ਐਗਜੈਕਟਲੀ ਉਵੇਂ ਹੋਊਗਾ। ਉਹ ਪਹਿਲਾਂ ਹੀ ਪਲਾਨ 'ਚ ਆ, ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਜੇ ਉਹਨਾਂ ਨੇ ਆਹ ਕਰਨਾ ਸੀ ਉਹ ਪਲਾਨ 'ਚ ਸੀਗਾ ਕਿ ਅਸੀਂ 5 ਸਾਲਾਂ ਬਾਅਦ ਅਸੀਂ ਇੱਥੇ ਤੇਲ ਕੱਢਾਂਗੇ, ਉਸ ਤੋਂ ਬਾਅਦ ਅਸੀਂ ਇਰਾਨ ਪਹੁੰਚ ਜਾਂਗੇ, ਉਦੋਂ ਬਾਅਦ ਅਸੀਂ ਆਹ ਕਰ ਲਾਂਗੇ। ਇੱਕ ਹੋਮਵਰਕ ਦਿੱਤਾ ਜਾਂਦਾ ਕਿ ਭਾਈ ਸਾਡੀ ਆ ਟ੍ਰਜੈਕਟਰੀ ਆ, ਸਾਡਾ ਕੰਮ ਪੂਰਾ ਸਿਰੇ ਚਾੜ ਕੇ ਦਿਓ।
ਜਿਵੇਂ ਮਨਮੋਹਨ ਸਿੰਘ ਤੋਂ ਨਹੀਂ ਹੋਇਆ ਸੀ ਫਿਰ ਉਹਨਾਂ ਨੂੰ ਮੋਦੀ ਬਿਠਾਉਣਾ ਪਿਆ ਲਿਆ ਕੇ, ਠੀਕ ਆ, ਤਾਂ ਇਸੇ ਟਾਈਪ ਨਾਲ ਉਹ ਦੇਖਦੇ ਨੇ ਕਿ ਕਿਹੜਾ ਬੰਦਾ ਇਸ ਚੀਜ਼ ਨੂੰ ਕਿਵੇਂ ਕਰ ਸਕਦਾ, ਕਿ ਜੇ ਚ ਕਾਬਲੀਅਤ ਆ ਉਸ ਨੌਕਰ ਨੂੰ ਡਰਾਈਵਰ ਬਣਾ ਲਓ ਜਿਹੜਾ ਨਹੀਂ ਕਰ ਪਾ ਰਿਹਾ, ਜੇ ਤੋਂ ਨਹੀਂ ਅਚੀਵ ਹੋ ਰਿਹਾ ਤਾਂ ਸਿੰਪਲ ਤੁਹਾਡੇ ਕਾਰਪੋਰੇਟ ਆਫਿਸ ਕਿਵੇਂ ਚੱਲਦੇ ਨੇ, ਟਾਰਗੇਟ ਦਿੱਤਾ ਜਾਂਦਾ, ਟਾਰਗੇਟ ਪੂਰਾ ਕਰੋਗੇ ਤਾਂ ਭਾਈ ਅਗਲੀ ਵਾਰ ਤੁਹਾਨੂੰ ਮਿਲੂਗਾ ਇਨਸੈਂਟਿਵ, ਨਹੀਂ ਮਿਲੂਗਾ ਤਾਂ ਸਾਈਡ ਹੋ ਜਾਓ। ਕਿ ਜਿਹੜੇ ਦੁਨੀਆ ਦੇ 0.001% ਲੋਕ ਨੇ ਜਿਹੜੇ ਬਿਲੀਨੀਅਰਸ ਨੇ, ਹਨਾ, ਵੀ ਜਿਹੜਾ ਚਲਾਉਂਦੇ ਨੇ ਸਾਰੀ ਪਾਲਿਸੀਜ਼ ਬਣਵਾਉਂਦੇ ਨੇ, ਕੰਟਰੋਲ ਕਰਦੇ ਨੇ ਚੀਜ਼ਾਂ ਨੂੰ, ਉਹਨਾਂ ਦੇ ਡਾਇਰੈਕਸ਼ਨਸ ਤੇ ਹੀ ਚੱਲਣ ਵਾਲੀ ਹੈ ਅੱਗੇ ਵੀ ਗੇਮ, ਕੋਈ ਫਰਕ ਨਹੀਂ ਪੈਂਦਾ ਵੀ ਟਰੰਪ ਆਵੇ ਜਾਂ ਕੋਈ ਹੋਰ ਆਵੇ। ਜੋ ਜੋ ਇੱਕ ਪੈਟਰਨ ਹੈਗਾ, ਸੈੱਟ ਪੈਟਰਨ ਹੈਗਾ, ਪੈਸਾ ਲੱਗ ਨਹੀਂ, ਕੋਈ ਬਿਜ਼ਨਸ ਹੀ ਨਹੀਂ ਕਰੂਗਾ ਦੁਨੀਆ ਦੇ ਵਿੱਚ, ਕੋਈ ਬਿਜ਼ਨਸ ਨਹੀਂ ਕਰੂਗਾ, ਸਭ ਛੱਡ ਦੇਣਗੇ ਬਿਜ਼ਨਸ। ਬਿਜ਼ਨਸ ਚੱਲਦਾ ਹੀ ਉਦੋਂ ਆ ਜਦੋਂ ਤੁਸੀਂ 25-30 ਸਾਲ ਦੀ ਸਰਟਨਿਟੀ ਤੇ ਚੱਲਦੇ ਹੋ, ਤੇ ਉਹ ਬਿਜ਼ਨਸਮੈਨ ਵੀ ਕਮਲੇ ਨਹੀਂ ਹੈਗੇ 50 ਦੇਸ਼ਾਂ ਦੇ। ਹੁਣ ਕੋਈ ਗਲੋਬਲ ਕੰਪਨੀਜ਼ ਨੇ, ਕੋਈ ਅਮਰੀਕਨ ਕੰਪਨੀ ਨਹੀਂ ਹੈਗੀ ਇਸ ਟਾਈਮ, ਗਲੋਬਲ ਕੰਪਨੀਜ਼ ਨੇ ਸਭ, ਟੋਇਟਾ ਵਾਲੇ ਵੀ ਅਮਰੀਕਾ ਦੇ ਵਿੱਚ, ਉਹਨਾਂ ਨੂੰ ਵੀ ਸਾਰੇ ਬਿਜ਼ਨਸਮੈਨ ਨੇ ਜਿਹੜੇ, ਉਹਨਾਂ ਨੂੰ ਵੀ ਇਹੀ ਹੋਊਗਾ ਨਾ ਵੀ ਹੁਣ ਐਵੇਂ ਫਾਲਤੂ ਦੀਆਂ ਲੜਾਈਆਂ ਜੀਆਂ ਚੱਲੀ ਜਾ ਰਹੀਆਂ, ਉਹਨਾਂ ਨੂੰ ਸਭ ਨੂੰ ਲੱਗਦਾ ਵੀ ਅਸੀਂ ਸੇਫ ਹੋ ਜਾਵਾਂਗੇ, ਵੀ ਸਾਨੂੰ ਬੇਸਿਕਲੀ ਨਾ ਇਹ ਉਹ ਹੈ ਲੂਪ ਨਹੀਂ ਕਹਿੰਦੇ ਹੁੰਦੇ ਕਿ ਵਿਸ਼ੀਅਸ ਸਰਕਲ ਹੁੰਦਾ ਹੈ, ਵੀ ਪਹਿਲਾਂ ਲੋਕਾਂ ਨੂੰ ਜਕੜਿਆ ਗਿਆ ਕਿ ਪੈਸਾ ਉਹਨਾਂ ਦਾ ਮੇਨ ਫੋਕਸ ਬਣਾਇਆ ਗਿਆ, ਫਿਰ ਪੈਸੇ 'ਤੇ ਡਿਪੈਂਡੈਂਸੀ ਕ੍ਰੀਏਟ ਕੀਤੀ ਗਈ ਲੋਕਾਂ ਦੀ, ਵੀ ਹੁਣ ਉਹ ਤੋਂ ਬਗੈਰ ਤੁਹਾਡੀ ਲਾਈਫ ਹੀ ਨਹੀਂ ਹੈਗੀ, ਤੁਹਾਡੇ ਕੋਲ ਪੈਸਾ ਨਹੀਂ ਹੈਗਾ। ਹੁਣ ਲੋਕ ਇੰਨੇ ਬੁਰੇ ਤਰੀਕੇ ਨਾਲ ਜਕੜੇ ਹੋਏ ਨੇ ਪੈਸੇ ਦੇ ਵਿੱਚ ਕਿ ਜੇ ਪੈਸਾ ਨਾ ਹੋਵੇ ਤਾਂ ਮਰ ਜਾਣਗੇ ਉਹ। ਹੁਣ ਉਹਨਾਂ ਨੂੰ ਸਰਵਾਈਵ ਕਰਨ ਵਾਸਤੇ ਇਹ ਕਰਨਾ ਹੀ ਪੈਣਾ, ਵੀ ਕੋਈ ਇੱਦਾਂ ਦਾ ਉਹਨਾਂ ਨੂੰ ਪਾਵਰ ਚਾਹੀਦੀ ਹੋਈ ਹੈ ਜਿਹਦੇ ਥਰੂ ਉਹਨਾਂ ਨੂੰ ਪੈਸਾ ਆਉਂਦਾ ਰਹੇ ਬਸ, ਤਾਂ ਕਿ ਉਹ ਜਿਉਂਦੇ ਰਹਿਣ। ਹੁਣ ਉਹ ਜਿਹੜਾ ਸਾਈਕਲ ਬਣ ਚੁੱਕਿਆ ਉਹਦੇ ਤੋਂ ਨਿਕਲਣਾ ਬਹੁਤ ਔਖਾ ਹੈ ਬੇਸਿਕਲੀ, ਤਾਂ ਲੋਕਾਂ ਨੂੰ ਹਜੇ ਲੋਕ ਸਿਲੈਕਟ ਕਰਨੇ ਪੈਂਦੇ ਨੇ। ਇਹ ਸਾਈਕਲ ਦਾ ਪ੍ਰੋਬਲਮ ਕੀ ਆ ਨਾ, ਇਹ ਸਾਈਕਲ 'ਚ ਨਾ ਇਹ ਸਾਈਕਲ ਜੁੜਿਆ ਹੋਇਆ ਪੈਸੇ ਨਾਲ, ਪੈਸਾ ਜੁੜਿਆ ਹੁੰਦਾ ਨੰਬਰ ਨਾਲ, ਅੱਖਰ ਨਾਲ, ਹੈ। ਤਾਂ ਹੁਣ ਹਰ ਬੰਦਾ ਚਾਹੁੰਦਾ ਕਿ ਪਿਛਲੇ ਘਰ ਤੋਂ ਮੇਰਾ ਅਗਲਾ ਘਰ ਵੱਡਾ ਹੋਵੇ, ਪਿਛਲੀ ਕਾਰ ਤੋਂ ਮੇਰੀ ਕਾਰ ਵੱਡੀ ਹੋਵੇ, ਅਤੇ ਇਹ ਜਿਹੜਾ ਜਿਹੜਾ ਵੱਡਾ ਹੋਣਾ ਉਹ ਕਿਸ ਉਹ ਰਿਸੋਰਸਿਸ ਲਿਮਿਟਿਡ ਨੇ, ਰਿਸੋਰਸਿਸ ਉੱਥੇ ਹੀ ਨੇ, ਪਰ ਤੁਸੀਂ ਚਾਹੁੰਦੇ ਹੋ ਕਿ ਮੈਂ ਐਕਸਪੈਂਡ ਕਰਾਂ। ਤਾਂ ਹੁਣ ਕੀ ਹੁੰਦਾ, ਸਲੋਲੀ ਸਲੋਲੀ ਉਹ ਐਕਸਪੈਂਸ਼ਨ ਉੱਪਰ ਨੂੰ ਜਾਈ ਜਾਂਦੀ ਆ, ਤਾਂ ਇੱਕ ਇੱਕ ਲੇਅਰ ਬਾਹਰ ਨਿਕਲੀ ਜਾਂਦੀ ਹੁੰਦੀ, ਇੱਕ ਇੱਕ ਲੇਅਰ ਵਿਹਲੀ ਹੋ ਜਾਂਦੀ। ਜਿਵੇਂ ਸਭ ਤੋਂ ਪਹਿਲਾਂ ਆਪਾਂ ਜੰਗਲਾਂ ਨੂੰ ਵਿਹਲਾ ਕੀਤਾ, ਹੈ ਨਾ, ਜੰਗਲੀ ਲੋਕਾਂ ਨੂੰ, ਟ੍ਰਾਈਬਲਸ ਨੂੰ ਸਭ ਤੋਂ ਪਹਿਲਾਂ ਮਾਰਿਆ ਗਿਆ, ਖਤਮ ਕੀਤਾ ਗਿਆ, ਡਰੱਗਸ 'ਤੇ ਲਗਾਇਆ ਗਿਆ, ਫਿਰ ਕਿਸਾਨਾਂ ਦਾ ਨੰਬਰ ਆਇਆ, ਹੁਣ ਜਿਵੇਂ ਕਿਸਾਨਾਂ ਨੂੰ ਵਿਹਲਾ ਕਰ ਦਿੱਤਾ ਗਿਆ, ਫਿਰ ਹੌਲੀ ਹੌਲੀ ਫੈਕਟਰੀ ਵਰਕਰਾਂ ਨੂੰ ਵਿਹਲਾ ਕਰਨਗੇ, ਕਿਉਂਕਿ ਜਿਵੇਂ ਜਿਵੇਂ ਉੱਪਰ ਨੂੰ ਜਾਂਦਾ ਤਾਂ ਉੱਪਰ ਵਾਲੇ ਮਸ਼ੀਨਸ ਨੂੰ, ਸਮਾਲ ਬਿਜ਼ਨੈਸਿਸ ਨੂੰ ਬੰਦ ਕੀਤਾ ਜਾ ਰਿਹਾ, ਵੱਡੇ ਵੱਡੇ ਬਿਜ਼ਨਸ ਆ ਰਹੇ ਨੇ, ਐਮਾਜ਼ੋਨ ਐਮਾਜ਼ੋਨ ਟਾਈਪਸ ਸਾਰੇ ਟੇਕ ਓਵਰ ਕਰ ਰਹੇ ਨੇ, ਹਨਾ, ਹੌਲੀ ਹੌਲੀ ਇੱਕ ਇੱਕ ਵਰਤ ਨਿਕਲਦੀ ਜਾਊਗੀ ਵਿੱਚੋਂ ਦੀ, ਫਿਰ ਉਹਨਾਂ ਦਾ ਹੀ ਰਾਜ ਆ, ਵੱਡਿਆਂ ਦਾ ਹੀ ਰਾਜ ਆ, ਫਿਰ ਉਹਨਾਂ ਨੇ ਆਪਣੇ ਪਿਕ ਕਰ ਲੈਣਾ ਕਿਹਨੂੰ ਅੱਗੇ ਲੈ ਕੇ ਆਉਣਾ। ਤਾਂ ਉਹਨਾਂ ਦਾ ਉਹਨਾਂ ਚ ਆਪਸ ਵੀ ਖਟਪਟ ਹੋਏਗੀ ਵੀ ਇੱਕ ਦੂਜੇ ਨੂੰ ਖਾਣਗੇ ਕਿਤੇ ਨਾ ਕਿਤੇ ਆ ਕੇ, ਫਿਰ ਵਾਰਸ ਲੱਗਦੀਆਂ ਨੇ, ਇਹ ਸਭ ਚੀਜ਼ਾਂ ਹੁੰਦੀਆਂ ਨੇ। ਇਹ ਸਿਵਿਲਾਈਜੇਸ਼ਨ ਦਾ, ਹਿਊਮੈਨਿਟੀ ਦਾ ਚੱਕਰ ਹੀ ਹੈ ਮੈਨੂੰ ਲੱਗਦਾ ਇਸ ਤਰੀਕੇ ਦਾ, ਹਨਾ, ਵੀ ਐਂਡ ਵਿੱਚ ਆ ਕੇ ਫਿਰ ਤੁਹਾਡੀ ਸਿਵਿਲਾਈਜੇਸ਼ਨ ਖਤਮ ਹੁੰਦੀ ਹੈ, ਢਹਿੰਦੀ ਹੈ, ਫਿਰ ਦੁਬਾਰਾ ਤੋਂ ਬਣਦੀ ਹੈ, ਉੱਥੇ ਜਾ ਕੇ ਮੁੱਕਦੀ ਹੈ ਗੱਲ। ਮੈਨੂੰ ਮੇਨ ਰੀਜ਼ਨ ਇਹੀ ਲੱਗ ਰਿਹਾ ਕਿ ਜਿਵੇਂ ਹੁਣ ਲੜਾਈ ਇੰਨੇ ਦਿਨਾਂ ਦੀ ਦੇਰ ਦੀ ਖਤਮ ਨਹੀਂ ਹੋ ਰਹੀ ਸੀਗੀ ਰਸ਼ੀਆ ਤੇ ਯੂਕਰੇਨ ਦੀ, ਉੱਪਰੋਂ ਉਧਰੋਂ ਇਜ਼ਰਾਈਲ ਦੀ, ਉਹਦੇ ਨਾਲ ਤਾਂ ਇਹ ਬਿਜ਼ਨਸਮੈਨ ਨੂੰ ਘਾਟਾ ਘਾਟਾ ਹੋ ਰਿਹਾ ਸੀ ਇਹ ਚੀਜ਼ਾਂ ਨਾਲ, ਉਹਨਾਂ ਮਤਲਬ ਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਸਾਡਾ ਕੰਮ ਸਹੀ ਨਹੀਂ ਚੱਲ ਰਿਹਾ ਹੈਗਾ, ਵੀ ਹੁਣ ਕੁਝ ਕਰਨਾ ਹੀ ਪੈਣਾ। ਨਹੀਂ ਉਹ ਤਾਂ ਉਹ ਡਿਫਰੈਂਟ ਗੱਲ ਆ, ਵੀ ਹੋਰ ਵੀ ਜਿਵੇਂ ਇਹ ਆਰਾਮ ਨਾਲ ਜਾ ਕੇ ਉੱਥੇ ਆਪਣਾ ਰਿਸੋਰਸਿਸ ਵਗੈਰਾ ਯੂਜ਼ ਕਰ ਸਕਦੇ ਨੇ, ਉਹ 'ਚ ਲੜਾਈ ਦੇ ਏਰੀਏ 'ਚ ਉੱਧਰ ਜਾਣਾ ਹੈ ਥੋੜ੍ਹਾ
ਔਖਾ ਹੋਊ ਜਾਂ ਕਿਸੇ ਤਰੀਕੇ ਨਾਲ ਨਹੀਂ ਕੰਮ ਚੱਲ ਰਹੇ ਹੋਣੇ, ਤਾਂ ਇਹਨਾਂ ਨੂੰ ਤਾਂ ਲੱਗਿਆ ਵੀ ਸ਼ਾਂਤੀ ਜੀ ਹੋਵੇ ਤਾਂ ਅਸੀਂ ਆਪਣਾ ਕੰਮ ਸਾਡਾ ਸ਼ਾਂਤੀ ਬਿਜ਼ਨਸ ਫੇਰ ਤੋਂ ਸ਼ੁਰੂ ਕੋਈ ਨਹੀਂ ਚੱਲੇ। ਹੁੰਦੀ ਜਿਹੜੀ ਕੰਪਨੀਆਂ ਬੰਦੂਕਾਂ ਬਣਾ ਰਹੀਆਂ ਨੇ ਭਾਈ, ਉਹ ਕੋਈ ਉਹਨਾਂ ਨੇ ਵੀ ਤਾਂ ਫੈਕਟਰੀਆਂ ਲਗਾਈਆਂ ਨੇ ਨਾ, ਉਹਨਾਂ ਨੂੰ ਤਾਂ ਧੰਦਾ ਚਾਹੀਦਾ, ਉਹਨਾਂ ਨੇ ਵੀ ਤਾਂ ਗੋਲੀਆਂ ਬਣਾਉਣੀਆਂ ਨੇ, ਉਹਨਾਂ ਨੇ ਵੀ ਤਾਂ ਦੁਨੀਆ 'ਚੋਂ ਇੱਥੋਂ ਪੱਟ ਕੇ ਕਿਤੇ ਹੋਰ ਲੈ ਜਾਣਗੇ। ਸੇਲ ਦੀ ਗੇਮ ਹੈ, ਤਾਂ ਕਿੱਥੇ ਹੁਣ ਸੇਲ ਪੂਰੀ ਹੋ ਗਈ, ਹੁਣ ਗਾਹਾਂ ਕੋਈ ਨਵੀਂ ਜਗ੍ਹਾ ਲੱਭਣਗੇ। ਆਪਣੇ ਜਿਹੜੇ ਆਇਲ ਦੇ ਇਹਨਾਂ ਦੇ ਖੂਹ ਨੇ, ਉਹਨਾਂ ਨੂੰ ਇਦਾਂ ਹੀ ਥੋੜੀ ਨਾ ਕਿਸੇ ਨੂੰ ਲੈ ਜਾਣ ਦਊਗਾ, ਉਹਦੇ ਲਈ ਤਾਂ ਲੜਾਈ ਕਰਨੀ ਪੈਣੀ ਹੈ ਨਾ, ਖੋਣਾ ਪੈਣਾ ਉਹਦੇ ਤੋਂ, ਖੋਣ ਵਾਸਤੇ ਵਾਰ ਕਰਨੀ ਪੈਣੀ ਹੈ। ਅਲਟੀਮੇਟਲੀ ਹੈ ਤਾਂ ਫਾਇਦੇ ਦੀ ਗੇਮ ਨਾ, ਵੀ ਉਹ ਤੋਂ ਖੋ ਲੈਣਗੇ ਤਾਂ ਉਹਨਾਂ ਦਾ ਉਹ ਜਿਹੜਾ ਸਭ ਤੋਂ ਵੈਲਿਊਏਬਲ ਚੀਜ਼ ਹੈ, ਰਿਸੋਰਸ ਹੈ ਅੱਜ ਦੀ ਡੇਟ 'ਚ ਜਿਹੜਾ ਆਇਲ ਹੈ, ਉਹ ਉਹਦਾ ਉਹਦੇ 'ਤੇ ਕਬਜ਼ਾ ਕਰ ਲੈਣਗੇ ਅਤੇ ਪੈਸਾ ਆਊਗਾ ਵਿੱਚ, ਟ੍ਰਿਲੀਅਨਸ ਆਫ ਡਾਲਰਸ ਆਣਗੇ USA ਕੋਲੇ। ਤਾਂ ਬੇਸਿਕਲੀ ਆਪਾਂ ਗੱਲ ਕਰ ਰਹੇ ਹਾਂ ਕਿ ਜੋ ਆਪਣੀ ਚੈਨਲ ਕਹਿੰਦਾ ਮਿੱਠੀ ਜੇਲ, ਵੀ ਇਹ ਇਹ ਜਿਹੜੀ ਜਿਹੜੀ ਜੇਲ ਹੈ ਨਾ, ਹੋਰ ਵੀ ਮਿੱਠੀ ਬਣਾ ਕੇ ਵੱਡੀ ਬਣਦੀ ਜਾ ਰਹੀ ਹੈ ਕਿਸੇ ਟਾਈਮ ਇਹ ਨਾ ਇਹਦੇ 'ਚ ਇਹਦੇ 'ਚ ਜਿਹੜੀ ਮੇਨ ਮੈਂ ਤੁਹਾਨੂੰ ਮੇਨ ਗੱਲ ਦੱਸ ਰਿਹਾ ਕਿ ਜਿਹੜੀ ਟਾਈਟਨੈਸ ਆਉਂਦੀ ਰਹਿਣੀ ਆ ਹਮੇਸ਼ਾ, ਹਰ ਜਿਹੜੀ ਥੱਲੇ ਵਾਲੀ ਕਲਾਸ ਹੋਊਗੀ ਨਾ, ਜਿਵੇਂ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਖਲਬਲੀ ਹੈ ਇਸ ਟਾਈਮ ਕਿ ਕਿਸਾਨੀ ਭਾਈ ਜਾਊਗੀ, ਕਿਸਾਨੀ ਅਨਵਾਇਬਲ ਹੋ ਗਈ ਹੈ ਨਾ, ਖੇਤੀ ਇਸ ਵਾਰੀ ਝੋਨਾ ਝਾਨਾ ਵੀ ਇਹਨਾਂ ਨੇ ਮਾਰ ਕੇ ਚੱਕਿਆ ਨਹੀਂ ਹੈਗਾ, ਤਾਂ ਇਹਨਾਂ ਨੂੰ ਡਰ ਪੈ ਗਿਆ ਕਿ ਭਾਈ ਹੁਣ ਉਹ ਹੈਗਾ ਹੀ ਹੈਗਾ ਕਿ ਇਹ ਕਹਿ ਰਹੇ ਨੇ ਕਿ ਖੇਤੀ ਤਾਂ 2% ਲੋਕਾਂ ਨੇ ਕਰਵਾਉਣੀ ਆ ਬਸ, ਤਾਂ 2% 'ਤੇ ਲੈ ਕੇ ਆਉਣਾ, ਹੁਣ 40-50% ਲੋਕ ਕਰ ਰਹੇ ਨੇ, ਉਹਨੂੰ 2% 'ਤੇ ਲੈ ਕੇ ਆਉਣਾ, ਪੰਜਾਬ ਤਾਂ ਮੈਨੂੰ ਲੱਗਦਾ 50% ਤੋਂ ਵੀ ਜ਼ਿਆਦਾ ਹੋਊਗਾ। ਅਤੇ ਹੁਣ ਹੁਣ ਇਹ ਬਾਏ ਡਿਫਾਲਟ ਇਹ ਡਿਜ਼ਾਈਨ ਹੀ ਇਹੋ ਜਿਹਾ ਹੈ। ਹੁਣ ਲੋਕਾਂ ਨੂੰ ਕੀ ਲੱਗਦਾ ਹੁੰਦਾ ਯਾਰ, ਪਿਛਲਾ ਬੰਦਾ ਵਧੀਆ ਸੀਗਾ, ਅਤੇ ਇੰਡੀਆ 'ਚ ਵੀ ਹੋਇਆ ਸੀ ਜਦੋਂ ਅਮਰਿੰਦਰ ਸਿੰਘ ਪਹਿਲਾਂ ਆਪਣੀ ਪਹਿਲੀ ਵਾਰ ਅਮਰਿੰਦਰ ਸਿੰਘ ਆਇਆ ਸੀਗਾ, ਤਾਂ ਅਮਰਿੰਦਰ ਸਿੰਘ ਦਾ ਜਿਹੜਾ ਰੁਤਬਾ ਸੀ ਨਾ, ਉਹ ਇੱਕ ਟਰੰਪ ਟਾਈਪ ਸੀ, ਡਿਕਟੇਟਰਲ ਟਾਈਪ ਸੀ, ਕਿ ਮੈਂ ਬਾਹਲਾ ਸੁਣਦਾ ਨਹੀਂ, ਮੈਂ ਬਹੁਤ ਖੂੰਡਾ ਲੈ ਕੇ ਮੈਂ ਤਾਂ ਤੁਰਦਾ ਹਾਂ, ਕਹਿੰਦਾ ਸੀ ਖੂੰਡੇ ਵਾਲਾ, ਮੈਂ ਤਾਂ ਖੂੰਡੇ ਨਾਲ ਸਿੱਧੇ ਕਰ ਦੂੰ ਸਾਰਿਆਂ ਨੂੰ, ਹੈ ਨਾ। ਇਹਨੂੰ ਇੱਕ ਇਸ ਟਾਈਪ ਨਾਲ ਪ੍ਰੋਜੈਕਟ ਕਰਦਾ ਸੀ, ਮਸੀਹਾ ਟਾਈਪ ਅਮਰਿੰਦਰ ਸਿੰਘ ਵੀ, ਰਾਜਾ ਕਿ ਇਹਨੂੰ ਪਤਾ। ਅਤੇ ਉਸ ਤੋਂ ਬਾਅਦ ਫਿਰ ਭਾਈ ਬਾਦਲਾਂ ਦਾ ਰਾਜ ਆਇਆ, ਅਤੇ ਫਿਰ ਉਸ ਤੋਂ ਬਾਅਦ ਬਾਦਲਾਂ ਦੇ ਵੇਲੇ ਆਟੋਮੈਟਿਕਲੀ ਉਹ ਕੋਈ ਰਾਜ ਆਉਣ ਨਾਲ ਫਰਕ ਨਹੀਂ ਪੈ ਰਿਹਾ ਸੀ, ਉਹ ਤਾਂ ਪਤਾ ਹੀ ਸੀਗਾ ਕਿ ਇਹ ਕੈਪੀਟਲਿਜ਼ਮ ਚੱਲਦਾ ਹੀ ਆਇਆ, ਟਾਈਟ ਹੁੰਦਾ ਰਹਿੰਦਾ। ਜਿਹੜਾ ਵੱਡਾ ਬੰਦਾ ਜਦੋਂ ਵੱਡੀ ਗੱਡੀ ਜਾਂ ਵੱਡੀ ਕੋਠੀ ਭਾਲ ਰਿਹਾ, ਤਾਂ ਕਿਸੇ ਤੋਂ ਤਾਂ ਲਊਗਾ ਹੀ ਨਾ ਜਗ੍ਹਾ ਜ਼ਮੀਨਾਂ, ਕਿਸੇ ਤੋਂ ਤਾਂ ਖੋਊਗਾ ਹੀ ਹੈ। ਉਹ ਜਦੋਂ ਦੂਸਰੀ ਵਾਰ ਬਾਦਲਾਂ ਦਾ ਆਇਆ, ਤਾਂ ਲੋਕਾਂ ਨੂੰ ਐਂ ਲੱਗਿਆ ਯਾਰ ਨਹੀਂ ਯਾਰ, ਕੈਪਟਨ ਹੀ ਵਧੀਆ ਸੀਗਾ, ਕੈਪਟਨ ਹੀ ਵਧੀਆ ਸੀ। ਫਿਰ ਦੁਬਾਰਾ ਤੋਂ ਕੈਪਟਨ ਨੂੰ ਮੌਕਾ ਦਿੱਤਾ ਗਿਆ, ਸਿਰਫ ਤੇ ਸਿਰਫ ਇਸ ਗੱਲ ਤੇ ਦਿੱਤਾ ਗਿਆ ਕਿ ਕੈਪਟਨ ਬੜਾ ਬੋਲਡ ਬੰਦਾ, ਕੈਪਟਨ ਬੜਾ ਬੋਲਡ ਬੰਦਾ, ਸਾਨੂੰ ਹਾਂ ਕੋਈ ਬਚਾਊਗਾ, ਕਿ ਇਹ ਸੌਫਟ ਆ, ਇਹ ਤੋਂ ਨਹੀਂ ਹੋਣਾ, ਕੈਪਟਨ ਡੰਡੇ ਵਾਲਾ ਬੰਦਾ, ਡੰਡੇ ਨਾਲ ਚਲਾਊਗਾ, ਦੇਖਿਓ ਸਾਰਿਆਂ ਨੂੰ ਸਿੱਧੇ ਕਰ ਦੂਗਾ। ਪ੍ਰੋਪਰਟੀ ਡੀਲਰਾਂ ਨੂੰ ਐਂ ਹੋ ਗਿਆ ਯਾਰ, ਪ੍ਰੋਪਰਟੀ ਡਾਊਨ ਹੋਣ ਲੱਗ ਗਈ, ਕੈਪਟਨ ਵੇਲੇ ਪ੍ਰੋਪਰਟੀ ਬੜੀ ਚੜੀ ਸੀਗੀ, ਕੈਪਟਨ ਹੁਣ ਬਾਦਲ ਆ ਗਏ, ਪ੍ਰੋਪਰਟੀ ਡਾਊਨ ਹੋਣ ਲੱਗ ਗਈ। ਫਿਰ ਕੈਪਟਨ ਨੂੰ ਬੁਲਾਇਆ ਗਿਆ, ਦੂਸਰੀ ਵਾਰ ਕੈਪਟਨ ਨੂੰ ਬੁਲਾਇਆ ਗਿਆ, ਤੇ ਲੋਕਾਂ ਦਾ ਸੋਚ ਸੀਗਾ ਕਿ ਯਾਰ ਹੁਣ ਉਹੀ ਦਿਨ ਆ ਜਾਣਗੇ, ਅੱਛੇ ਦਿਨ ਆ ਜਾਣਗੇ ਦੁਬਾਰਾ ਤੋਂ, ਪਰ ਉਸ ਤੋਂ ਬਾਅਦ ਕੈਪਟਨ ਦੀ ਤਰਜੀਹ ਹੀ ਉੱਡ ਗਈਆਂ ਬਿਲਕੁਲ, ਬਿਕੋਜ਼ ਇਹ ਉਹਦੇ ਹੱਥ 'ਚ ਨਹੀਂ ਹੁੰਦਾ, ਉਹ ਸਿਰਫ ਤੇ ਸਿਰਫ ਪਰਸੈਪਸ਼ਨ ਬਿਲਡ ਕਰ ਸਕਦਾ ਕਿ ਮੈਂ ਕਹਿਣਾ ਮੈਂ ਕਰ ਲੂੰਗਾ। ਦੂਸਰੀ ਵਾਰੀ ਹਮੇਸ਼ਾ ਨਾ ਵਿਸ਼ਵਾਸ ਖਤਮ ਹੋ ਜਾਂਦਾ ਹੁੰਦਾ, ਤਾਂ ਅਮੈਰੀਕਾ ਦੇ ਵਿੱਚ ਤਾਂ ਬਹੁਤ ਅੱਛਾ ਇਹਨਾਂ ਨੇ ਰੂਲ ਹੀ ਬਣਾਤਾ ਨਾ ਕਿ ਦੂਸਰੀ ਵਾਰ ਤੋਂ ਬਾਅਦ ਤੀਸਰੀ ਵਾਰ ਲੜ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਪਤਾ ਕਿ ਦੋ ਵਾਰ ਧੋਖਾ ਹੋ ਸਕਦਾ, ਤੀਜੀ ਵਾਰ ਲੋਕਾਂ ਦੇ ਵਿੱਚ ਪੈਟਰਨ ਦਿਖਣ ਲੱਗ ਜੂਗਾ। ਹੁਣ ਅਗਲੀ ਵਾਰ ਕਹਿ ਦੇਣਗੇ ਜੀ ਟਰੰਪ ਸੀਗਾ, ਠੀਕ ਆ ਉਹ ਇੱਕ ਮੌਕਾ ਮਿਲਿਆ ਸੀ, ਹੁਣ ਦੂਜੀ ਵਾਰ ਆ ਗਿਆ, ਹੁਣ ਤੀਸਰੀ ਵਾਰ ਤਾਂ ਟਰੰਪ ਆ ਹੀ ਨਹੀਂ ਸਕਦਾ ਨਾ, ਫਿਰ ਤਾਂ ਪੈਟਰਨ ਹੀ ਦਿਖ ਜੂਗਾ ਕਿ ਪੈਟਰਨ ਕੀ ਆ। ਲੋਕਾਂ ਨੂੰ ਪੈਟਰਨ ਸਮਝ ਆ ਜਾਂਦਾ ਕਿ ਹੁਣ ਤਾਂ ਯਾਰ ਕੋਈ ਗਲਤੀ ਵੀ ਨਹੀਂ, ਹੁਣ ਤਾਂ ਉਹੀ ਬੰਦਾ ਦੁਬਾਰਾ ਤੋਂ ਆ ਗਿਆ, ਫਿਰ ਕਿਉਂ ਨਹੀਂ ਹੋ ਪਾ ਰਿਹਾ। ਇਲਨ ਮਸਕ ਕਹਿੰਦੇ ਨੇ ਅਗਲੀ ਵਾਰ ਤਿਆਰ ਹੋ ਰਹੇ ਆਉਣ ਵਾਸਤੇ, ਕਿਉਂਕਿ ਇਹਨੇ ਨਾਲ ਰਲ ਗਿਆ ਇਹ। ਚਲੋ ਇਹ ਤਾਂ ਚੱਲੀ ਜਾਣਾ ਹੁਣ, ਇਹਨਾਂ ਦਾ ਡਰਾਮਾ ਆਪਾਂ ਬਸ ਬੈਠਾਂਗੇ ਤੇ ਦੇਖਾਂਗੇ, ਹਨਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ, ਤੇ ਆਪਣੇ ਵਰਗਿਆਂ ਦੀ ਡਿਸਕਸ਼ਨ ਦੇ ਨਾਲ ਕੋਈ ਫਰਕ ਤਾਂ ਪੈਣ ਨਹੀਂ ਲੱਗਿਆ, ਆਪਾਂ ਤਾਂ ਬੈਠ ਕੇ ਸਾਈਡ ਤੇ ਡਿਸਕਸ ਹੀ ਕਰ ਸਕਦੇ ਆ। ਨਹੀਂ ਨਹੀਂ ਕਹਿੰਦੇ ਕਿ ਹੁਣ ਲੋਕ ਉਧਰੋਂ ਕੈਨੇਡਾ ਵੱਲ ਨੂੰ ਬਹੁਤ ਭੱਜਣ ਲੱਗ ਗਏ, ਜਿਹੜੇ ਸਾਰੇ ਇਦਾਂ ਦੇ ਸੀਗੇ ਸਾਰੇ ਇਧਰ ਨੂੰ ਬਹੁਤ ਕਹਿੰਦੇ, ਫੇਰ ਇਧਰ ਅਮਰੀਕਾ 'ਚ ਦੁਸ਼ਮਣੀ ਲਈ ਹੈ ਟਰੰਪ ਵਰਗੇ ਬੰਦੇ ਨਾਲ ਜਿਹੜਾ ਮੋਸਟ ਪਾਵਰਫੁਲ ਹੈ,
ਉਹ ਤਾਂ ਤੁਸੀਂ ਕਿਤੇ ਬਚ ਨਹੀਂ ਸਕਦੇ ਜਾ ਕੇ, ਉਹ ਤਾਂ ਦੁਨੀਆ ਦਾ ਜਿਹੜੇ, ਉਹ ਤਾਂ ਦੁਨੀਆ ਤੋਂ ਬਾਹਰ ਹੀ ਜਾਣਾ ਪਊਗਾ ਤੁਹਾਨੂੰ, ਮੰਗਲ ਮੰਗਲ ਗ੍ਰਹਿ ਤੇ ਨਹੀਂ, ਮਤਲਬ ਅਮਰੀਕਾ ਚੋਂ ਹੀ ਕੱਢੂਗਾ, ਹੋਰ ਤਾਂ ਕਿਤੋਂ ਕੱਢੂਗਾ। ਜਿਹੜੇ ਇਲੀਗਲ ਲੋਕ ਨੇ ਆ ਉਹ ਕਹਿੰਦੇ ਕੈਨੇਡਾ ਵੱਲ ਨੂੰ ਭੱਜਣ ਲੱਗ ਗਏ ਕਾਫੀ ਜ਼ਿਆਦਾ ਇਧਰ ਨੂੰ। ਨਹੀਂ ਆ ਕੈਨੇਡਾ ਨੇ ਉਹੀ ਬੰਦਾ ਲਾ ਲਿਆ ਕੇ ਉਹਦੇ ਪੈਰਾਂ 'ਚ ਸਿੱਟ ਦੇਣਾ ਹੈ। ਕੈਨੇਡਾ ਵੀ ਸਟ੍ਰਿਕਟ ਹੋਇਆ ਵਾ ਨਾ ਹੁਣ, ਕਿ ਤੇ ਲੋਕ ਕਿੱਧਰ ਨੂੰ ਜਾਣਗੇ, ਕਹਿੰਦੇ ਇਦਾਂ ਹੀ ਹੋਏ ਪਏ ਨੇ ਸਾਰੇ, ਵੀ ਕਿੱਧਰ ਨੂੰ ਦੇਖਦਾ ਫਿਰ ਉਹ। ਕੀ ਕਹਿੰਦਾ ਮੁੰਜੀ ਤੂੰ? ਕੋਈ ਕੋਈ ਕੱਢਦਾ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ ਹੁੰਦਾ, ਸਿਰਫ ਨਵੀਂ ਫੀਸਾਂ ਤੈਅ ਹੁੰਦੀਆਂ ਹੁੰਦੀਆਂ ਨੇ। ਕਦੀ ਵੀ ਪ੍ਰੋਸੈਸ ਨਹੀਂ ਬਦਲਦਾ ਹੁੰਦਾ, ਪ੍ਰੋਸੈਸ ਉਹੀ ਰਹਿਣਾ, ਕਿਉਂਕਿ ਪ੍ਰੋਸੈਸ ਦੀ ਆਪਣੀ ਜਗ੍ਹਾ, ਨਵੀਂ ਫੀਸ ਤਿਆਰ ਹੋਊਗੀ, ਨਵੀਂ ਫੀਸ ਲਾਗੂ ਹੋਊਗੀ। ਹੁਣ ਦੇਣੀ ਕਿਹਨੂੰ ਆ ਫੀਸ? ਗੇਮ ਇਹਦੀ ਆ ਕਿ ਉਹੀ ਫੜੀ ਵਾਲਾ ਬੈਠੂਗਾ, ਉੱਥੇ ਹੀ ਫੜੀ ਲੱਗੂਗੀ, ਕੱਲ ਨੂੰ ਅਫਸਰ ਕੋਈ ਹੋਰ ਆ ਜਾਊਗਾ, ਉਹ ਕਹੂਗਾ ਕਿ ਭਾਈ ਕੱਲ ਤੂੰ 100 ਦਿੰਦਾ ਸੀ, ਹੁਣ 150 ਲੱਗੂਗਾ ਤੇਰਾ ਫੜੀ ਦਾ। ਨਹੀਂ ਨਹੀਂ ਅੰਦਰ ਤੇਰੀ ਗੱਲ ਸਮਝ ਗਏ, ਅਸੀਂ ਤਾਂ ਗੱਲ ਕਰਦੇ ਆ ਜਿਹਦੇ ਨਾਲ ਇਹਦਾ, ਇਹਨੇ ਪਰਸਨਲ ਖੁੰਦਕ ਲੈ ਕੇ ਬੈਠਾ ਹੋਇਆ ਜਿਹੜੇ ਬੰਦਿਆਂ ਦੇ ਨਾਲ, ਉਹ ਬੰਦਿਆਂ ਲਈ ਤਾਂ ਭੱਜਣਾ ਔਖਾ ਹੁਣ ਕਿਤੇ, ਉਹਨਾਂ ਨੂੰ ਤਾਂ ਦੇੜੂਗਾ ਫੜ ਕੇ ਇਹ, ਥੋੜਾ ਤਮਾਸ਼ੇ ਜਿਹਾ ਤਾਂ ਬਣ ਗਿਆ ਪਤਾ ਲੱਗੂਗਾ। ਕੁਝ ਨਹੀਂ ਹੋਣ, ਕੁਝ ਨਹੀਂ, 4 ਦਿਨਾਂ ਨੂੰ ਜਿਹੜੇ ਇਹਦੇ ਅਗੇਂਸਟ ਲੜ ਰਹੇ ਸੀ ਇਹਦੀ ਪਾਰਟੀ ਜਾ ਜਾਣਗੇ ਬਸ। ਉਹਨਾਂ ਨੇ ਬਸ ਨੇੜੇ ਜੇ ਜਾ ਕੇ, ਉਹ ਵੀ ਸਾਰੇ ਸ਼ਲਾਰੂ ਹੁੰਦੇ ਨੇ, ਛਾਲ ਮਾਰ ਕੇ ਇੱਧਰ, ਛਾਲ ਮਾਰ ਕੇ ਉੱਧਰ, ਇਹ ਆਪ ਵੀ ਆਈ ਹੁੰਦੇ ਨੇ ਛਾਲ ਕਰਨਗੇ। ਸਾਰੇ ਬਸ ਇਹ ਹੁੰਦਾ ਕਿ ਹੁਣ ਜਿੱਤਣ ਤੋਂ ਪਹਿਲਾਂ ਪੋਜੀਸ਼ਨ ਲੈਂਦੇ ਨੇ, ਜਿਹਦੀ ਜਿੱਤਣ ਤੋਂ ਬਾਅਦ ਪਲਟਾ ਮਾਰਦੇ ਨੇ। ਬਸ ਪੋਲਿਟਿਕਸ 'ਚ ਇਹੀ ਆਰਟ ਚਾਹੀਦੀ ਆ ਬੰਦੇ ਨੂੰ ਕਿ ਪਰਸੈਪਸ਼ਨ, ਬਾਅਦ 'ਚ ਛਾਲ ਮਾਰ ਕੇ ਦੂਜੇ ਪਾਸੇ ਟੱਪਣ ਵਾਲਾ ਹੀ ਸਭ ਤੋਂ ਵਧੀਆ ਪੋਲੀਟੀਸ਼ੀਅਨ ਮੰਨਿਆ ਜਾਂਦਾ। ਇਹਦਾ ਸਭ ਤੋਂ ਵੱਡਾ ਜਿੰਦਾ ਜੋਗ ਦਾ ਉਦਾਹਰਨ ਕੈਪਟਨ ਅਮਰਿੰਦਰ ਸਿੰਘ ਹੈ। ਤੂੰ ਵਧੀਆ ਪੋਲੀਟਿਕਸ ਤਾਂ ਤੁਸੀਂ, ਮਤਲਬ ਮੈਨੂੰ ਲੱਗਦਾ ਪੰਜਾਬ 'ਚ ਇਸ ਟਾਈਮ ਕੋਈ ਦੇਖ ਹੀ ਨਹੀਂ ਸਕਦਾ ਨਾ, ਇੰਨਾ ਲੰਬਾ ਚੱਲਿਆ ਅੱਜ ਤੱਕ ਰਾਜੇ, ਕਿਹੜੇ ਰਾਜੇ, ਕਦੋਂ ਦੇ ਰਾਜਿਆਂ ਦਾ ਵੰਸ਼ ਅੱਜ ਤੱਕ ਚੱਲ ਰਿਹਾ ਪੰਜਾਬ ਦੇ ਵਿੱਚ, ਤੇ ਸਭ ਤੋਂ ਮੇਨ ਬੰਦਾ ਜਿਹੜਾ ਸਭ ਤੋਂ ਪਹਿਲਾਂ ਪਲਟਾ ਮਾਰਦਾ ਤੇ ਐਡੇ ਵੱਡੇ ਵੱਡੇ ਪਲਟੇ ਮਾਰਦਾ, ਅਕਾਲੀਆਂ 'ਚ ਆ ਗਿਆ, ਕਦੀ ਕਾਂਗਰਸ 'ਚ ਆ ਗਿਆ, ਤੇ ਹੁਣ ਬੀਜੇਪੀ 'ਚ ਆ ਗਿਆ, ਹੁਣ ਬੀਜੇਪੀ 'ਚ ਆ ਗਿਆ, ਮਤਲਬ ਜਿਹੜੀ ਕਿ ਬਿਲਕੁਲ ਐਂਟੀ ਪੰਜਾਬ ਪਾਰਟੀ ਉਹਦੇ 'ਚ ਆ ਗਿਆ। ਮਤਲਬ ਇਹ ਉਹ ਬੰਦਾ ਕਿ ਜਿਹ ਤੋਂ ਆਰਟ ਆਫ ਪਲਟਾ ਸਿੱਖਣੀ ਚਾਹੀਦੀ ਆ, ਤੇ ਇਹੀ ਇਹੀ ਪੋਲੀਟਿਕਸ ਦੀ ਇੱਕ ਨਿਸ਼ਾਨੀ ਆ ਅੱਛੇ ਪੋਲੀਟੀਸ਼ੀਅਨ ਦੀ। ਬਸ ਚਲੋ ਜੀ, ਠੀਕ ਹੈ, ਮਜ਼ਾ ਆਇਆ ਡਿਸਕਸ਼ਨ ਕਰਕੇ, ਤੇ ਸਾਡੇ ਦਰਸ਼ਕਾਂ ਨੂੰ ਵੀ ਜਿਹੜੇ ਦੇਖ ਰਹੇ ਨੇ, ਤੁਸੀਂ ਵੀ ਆਪਣੇ ਵਿਚਾਰ ਰੱਖਿਓ ਕਿ ਤੁਸੀਂ ਕੀ ਸੋਚਦੇ ਹੋ, ਕੀ ਇਹਦਾ ਇੰਪੈਕਟ ਪੈਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ, ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ, ਤੇ ਇਹਦੇ ਨਾਲ ਆਪਾਂ ਖਤਮ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ, ਤੇ ਫਿਰ ਆਪਾਂ ਦੁਬਾਰਾ ਮਿਲਾਂਗੇ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ।